कृपा करहु दीन के दाते। मेरा गुण अब गुण ना विचारो कोई, माटी का क्या धोपै स्वामी, मानस की गत एही। बाणी गुरु गुरु है बाणी, विच बाणी अमृत सारे। गुरबाणी कहै सेवक जन मानै, प्रतख गुरु निस्तारे। सज्जन सच्चा पात साहो, सिर साहाद साहो। जिस पास बैठिया सोही सबना दा वेसाहो। श्री वाहे गुरु साहिब जी, नमो राज राजे, नमो साज साजे, नमो साह साहे, नमो माह माहे, नमो राज राजे, नमो साज साजे। परम सन्मानयोग गुरु रूप खालसा साध संगत जीओ, सतगुरु जी गरीब नवाज, दसां पातशाहियां दी जोत, तखत चवर छतर दे मालक साहिब श्री गुरु ग्रंथ साहिब महाराज, सतगुरां दी पवित्र हजूरी अंदर सुभाग प्राप्त हो रहा है समा सफल करन दा, जो श्रीमान नाम रसीए सेवा सिमरन दे पुंज बाबा जवाहर दास जी महाराज, जिन्हां दा ये पवित्र स्थान है, संगत दे विच बहुत ही महापुरशां उत्ते श्रद्धा है, विश्वास है। इत्थे जिहड़ी भी अरदास बेनती कीती जावे वो सतगुरु कृपा करके पूरी करदे ने। ऐसे पवित्र स्थान उत्ते गुरबाणी दी कथा, दसवें पातशाह दी पवित्र बाणी, श्री जाप साहिब जी दी कथा हर शनिवार शाम नूं 5 बजे तो लैके 6 बजे तक कीती जांदी है। सतगुरु जी ने आप संगतां ने कृपा करके 66 पौड़ियां तक कथा करवाई है। हुण 67वीं पौड़ी अंदर सतगुरु जी वाहिगुरु जी दे नामां दी उस्तत करदे ने। गुरबाणी दे विच सानू बड़ी उत्तम सिक्ख्या प्राप्त हुंदी है भी जिहड़ा भी काम करना प्रेम ना करो। चाहे वो कथा है, चाहे वो कीर्तन है, चाहे वो सेवा है, ते जे नू दुनिया वाले पासे भी ला लिए, जिहड़ा काम असी प्रेम नाल करदे सफलता ही सानू उच मिलदी है। वो भावें रब वाला पासा है ते वो भावें दुनिया वाला पासा है।
रब वाले पासे असी प्रेम दे नाल जदों तुरदे आ सानू ਉਹ ਸੁੱਖ ਪ੍ਰਾਪਤ ਹੁੰਦਾ ਸਤਿਗੁਰੂ ਕਿਰਪਾ ਕਰਕੇ ਦਿੰਦੇ ਆ ਜਿਹੜਾ ਸੁੱਖ ਘਟਦਾ ਵੱਧਦਾ ਨਹੀਂ ਜਿਹਦੇ ਉੱਤੇ ਟਾਈਮ ਦਾ ਅਸਰ ਨਹੀਂ ਪੈਂਦਾ ਘਟਨਾ ਦਾ ਅਸਰ ਨਹੀਂ ਪੈਂਦਾ ਸਿਚੁਏਸ਼ਨ ਦਾ ਅਸਰ ਨਹੀਂ ਪੈਂਦਾ ਜੇ ਦੁਨੀਆ ਵਾਲੇ ਪਾਸੇ ਪ੍ਰੇਮ ਨਾਲ ਤੁਰੀਏ ਤਾਂ ਉੱਥੇ ਕੀ ਮਿਲਦਾ ਆਪਾਂ ਨੂੰ ਪੈਸਾ ਦੁਨਿਆਵੀ ਸੁੱਖ ਘਰ ਬਾਰ ਦੁਨਿਆਵੀ ਸਹੂਲਤ ਫਰਕ ਇੰਨਾ ਵਾ ਵੀ ਜਿਹੜਾ ਦੁਨਿਆਵੀ ਸੁੱਖ ਹੁੰਦਾ ਉਹ ਬਦਲ ਜਾਂਦਾ ਹੈ ਮੰਨ ਲਓ ਦੀਵਾਲੀ ਦਾ ਦਿਨ ਹੋਵੇ ਜਿਵੇਂ ਮਹਾਤਮਾ ਬੁੱਧ ਜੀ ਨੂੰ ਕਿਸੇ ਨੇ ਪੁੱਛਿਆ ਜੀ ਵਿਰਾਗ ਕਿਹਨੂੰ ਕਹਿੰਦੇ ਵਿਰਾਗ ਰੱਬ ਨੂੰ ਮਿਲਣ ਦੀ ਇੱਛਾ ਕਹਿੰਦੇ ਵਿਰਾਗ ਦਾ ਮਤਲਬ ਹੁੰਦਾ ਜਦੋਂ ਦੁਨੀਆ ਦੇ ਸਵਾਦ ਸੰਸਾਰ ਦੀਆਂ ਵਸਤੂਆਂ ਪਦਾਰਥ ਦੁਨੀਆ ਦੀ ਖਿੱਚ ਨਾ ਪਵੇ ਕਹਿੰਦੇ ਜੀ ਦ੍ਰਿਸ਼ਟਾਂਤ ਦੇ ਕੇ ਸਮਝਾਓ ਤਾਂ ਮਹਾਤਮਾ ਬੁੱਧ ਕੀ ਦ੍ਰਿਸ਼ਟਾਂਤ ਦਿੱਤਾ ਕਹਿੰਦੇ ਦੀਵਾਲੀ ਦੀ ਰਾਤ ਹੋਵੇ ਸਾਰੀ ਦੁਨੀਆ ਦੀਵੇ ਜਗਾਉਂਦੀ ਹੈ ਜਲੇਬ ਕੱਢੇ ਹੁੰਦੇ ਨੇ ਖੁਸ਼ੀਆਂ ਮਨਾਉਂਦੇ ਨੇ ਸਾਰਾ ਕੁਝ ਘਰ ਦੇ ਵਿੱਚ ਕੀਤਾ ਹੋਵੇ ਅਤੇ ਘਰ 'ਚ ਕਿਸੇ ਦੀ ਹੋ ਜਾਵੇ ਮੌਤ ਫਿਰ ਉਹ ਦੀਵੇ ਚੰਗੇ ਲੱਗਣਗੇ ਕਦੀ ਵੀ ਨਹੀਂ ਉਹ ਮਿੱਠਾ ਚੰਗਾ ਲੱਗੇਗਾ ਕਦੀ ਵੀ ਨਹੀਂ ਇਹਨੂੰ ਕੀ ਕਹਿੰਦੇ ਵਿਰਾਗ ਤਾਂ ਵਿਰਾਗੀ ਉਹ ਹੁੰਦੇ ਨੇ ਜਿਨ੍ਹਾਂ ਨੂੰ ਫਿਰ ਸੰਸਾਰ ਦੀ ਵਸਤੂ ਚੰਗੀ ਨਹੀਂ ਲੱਗਦੀ ਜਿਵੇਂ ਕੋਈ ਫਾਂਸੀ ਚੜ੍ਹਨ ਲੱਗੇ ਉਹਨੂੰ ਕਵੇ ਲੱਡੂ ਖਾ ਲਾ ਉਹਨੂੰ ਨਹੀਂ ਚੰਗੇ ਲੱਗਣੇ ਉਹਨੂੰ ਮੌਤ ਦਿੰਦੀ ਪਈ ਹੈ ਜਿਹੜਾ ਦੁਨਿਆਵੀ ਸੁੱਖ ਹੈ ਨਾ ਮਿਲ ਇਹ ਵੀ ਜਾਂਦਾ ਪ੍ਰੇਮ ਦੇ ਨਾਲ ਕਾਮਯਾਬੀ ਦੁਨੀਆ 'ਚ ਵੀ ਪ੍ਰੇਮ ਨਾਲ ਹੀ ਆ ਅਤੇ ਰੱਬ ਵਾਲੇ ਪਾਸੇ ਵੀ ਪ੍ਰੇਮ ਨਾਲ ਹੀ ਹੈ ਪਰ ਦੁਨਿਆਵੀ ਸੁੱਖ ਬਦਲ ਜਾਂਦਾ ਜਿਵੇਂ ਮਹਾਤਮਾ ਬੁੱਧ ਜੀ ਹੁਣੇ ਉਦਾਹਰਨ ਦਿੱਤੀ ਸੀ ਨਾ ਘਰ 'ਚ ਮੌਤ ਹੋ ਗਈ ਅਤੇ ਦੀਵਾਲੀ ਦਾ ਜਿਹੜਾ ਸੁੱਖ ਸੀ ਸਵਾਦ ਸੀ ਆਨੰਦ ਸੀ ਸਭ ਗਾਇਬ ਹੋ ਗਿਆ ਖਤਮ ਹੋ ਗਿਆ ਇੱਕ ਘਟਨਾ ਨੇ ਬਦਲਤਾ ਪਰ ਵਾਹਿਗੁਰੂ ਦਾ ਸੁੱਖ ਕਿੱਦਾਂ ਦਾ ਹੈ ਜਿਹੜਾ ਘਟਦਾ ਵੱਧਦਾ ਨਹੀਂ ਬਦਲਦਾ ਨਹੀਂ ਕਿਸੇ ਟਾਈਮ ਦਾ ਉਹਤੇ ਅਸਰ ਨਹੀਂ ਪੈਂਦਾ ਜੀ ਘਟਨਾ ਦਾ ਉਹਦੇ 'ਤੇ ਅਸਰ ਨਹੀਂ ਪੈਂਦਾ ਤਾਂ ਵਾਹਿਗੁਰੂ ਦੀ ਪ੍ਰਾਪਤੀ ਵੀ ਪ੍ਰੇਮ ਨਾਲ ਹੀ ਆ ਅਤੇ ਦੁਨੀਆ 'ਚ ਦੁਨਿਆਵੀ ਕਾਮਯਾਬੀ ਵੀ ਪ੍ਰੇਮ ਨਾਲ ਹੀ ਆ ਪਰ ਫਰਕ ਇੰਨਾ ਵਾ ਇੱਧਰ ਸਦੀਵ ਸੁੱਖ ਪ੍ਰਾਪਤ ਹੋਊਗਾ ਉੱਧਰ ਜਿਹੜਾ ਸੁੱਖ ਮਿਲੂਗਾ ਉਹ ਥੋੜ੍ਹੇ ਚਿਰ ਦਾ ਹੋਊਗਾ ਫਿਰ ਬਦਲ ਜਾਊਗਾ ਤਾਂ ਗੁਰਬਾਣੀ ਨੇ ਨਾ ਸਾਨੂੰ ਇੱਕ ਯੁਗਤੀ ਦਿੱਤੀ ਆ ਤਰੀਕਾ ਦੱਸਿਆ ਵਾ ਵੀ ਜਿਹੜਾ ਵੀ ਕੰਮ ਕਰਨਾ ਪ੍ਰੇਮ ਨਾਲ ਕਰੋ ਬਈ ਉਹ ਕਿਹੜਾ ਤਰੀਕਾ ਹੈ ਗਾਵੀਏ ਸੁਣੀਏ ਮਨ ਰੱਖੀਏ ਭਾਉ ਜੇ ਗਾਉਣਾ ਵਾ ਤਾਂ ਤਾਂ ਵੀ ਪ੍ਰੇਮ ਨਾਲ ਭਾਉ ਨਾਲ ਭਾਵਨਾ ਨਾਲ ਅੱਛਾ ਜੇ ਸੁਣਨਾ ਵਾ ਤਾਂ ਵੀ ਪ੍ਰੇਮ ਨਾਲ ਸੁਣੋ ਲਾਭ ਕੀ ਹੋਵੇਗਾ ਦੁੱਖ ਪਰ ਹਰ ਸੁੱਖ ਕਰ ਲੈ ਜਾਵੇ ਫਿਰ ਦੁੱਖ ਕੱਟਿਆ ਜਾਵੇਗਾ ਹੁਣ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿੰਨਾ ਕੁ ਪ੍ਰੇਮ ਹੋਊਗਾ ਉਸ ਪਰਮੇਸ਼ਰ ਨਾਲ ਵੀ ਜਿਹਦੇ ਇੰਨੇ ਨਾਮ ਉਚਾਰਨ ਕੀਤੇ ਨੇ ਸ੍ਰੀ ਜਾਪ ਸਾਹਿਬ ਦੇ ਵਿੱਚ ਅਤੇ ਨਾਮ ਜਿਹੜਾ ਹੈ ਇਹ ਐਸੀ ਸ਼ੈ ਹੈ ਜਿਹਦਾ ਅੰਤ ਕੋਈ ਵੀ ਨਹੀਂ ਪਾ ਸਕਦਾ ਨਾਮ ਦੀ ਜਿਹੜੀ ਉਸਤਤ ਮਹਾਰਾਜ ਨੇ ਬਾਣੀ ਦੇ ਵਿੱਚ ਕੀਤੀ ਹੈ ਨਾ ਉੱਥੇ ਮਹਾਰਾਜ ਕਹਿੰਦੇ ਮੇਰੀ ਕਰੋੜਾਂ ਸਾਲ ਭਾਵੇਂ ਉਮਰ ਹੋ ਜੇ ਕੋਟ ਕੋਟੀ ਮੇਰੀ ਆਰਜਾ ਭਾਵੇਂ ਇੰਨੀ ਉਮਰ ਬੰਦੇ ਦੀ ਵੱਧ ਜੇ ਕੋਟ ਕੋਟੀ ਮੇਰੀ ਆਰਜਾ ਪਵਣ ਪੀਣ ਅਪਿਆਉ
ਚੰਦ ਸੂਰਜ ਦੋਏ ਗੁਫੇ ਨਾ ਦੇਖਾ ਸੁਪਨੇ ਸੌਣ ਨਾ ਥਾਓ ਭੀ ਤੇਰੀ ਕੀਮਤ ਨਾ ਪਵੇ ਹੋਂ ਕੇਵੜ ਆਖਾ ਨਾ ਰੱਬ ਦਾ ਨਾਂ ਏਡਾ ਕੁ ਵੱਡਾ ਵਾ ਰੱਬ ਦੇ ਨਾਂ 'ਚ ਕਿੰਨੀ ਕੁ ਬਰਕਤ ਆ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਜੇ ਕਿਸੇ ਬੰਦੇ ਦੀ ਉਮਰ ਨਾ ਕਰੋੜਾਂ ਸਾਲ ਹੋ ਜੇ ਅਤੇ ਉਹ ਹਵਾ ਦੇ ਆਸਰੇ 'ਤੇ ਜਿਉਂਦਾ ਰਹੇ ਜਿਵੇਂ ਜੋਗੀ ਖਾਣਾ ਪੀਣਾ ਛੱਡ ਕੇ ਹਵਾ ਦੇ ਆਸਰੇ ਹੋ ਜਾਂਦੇ ਫਿਰ ਉਮਰ ਵੱਧ ਜਾਂਦੀ ਹੈ ਇੰਨਾ ਤਪ ਕਰੇ ਵੀ ਇਹੋ ਜਿਹੀ ਗੁਫਾ 'ਚ ਜਾ ਕੇ ਵੱਸ ਜਾਵੇ ਵੀ ਚੰਦ ਅਤੇ ਸੂਰਜ ਕਦੀ ਵੇਖੇ ਹੀ ਨਾ ਬਾਹਰ ਹੀ ਨਾ ਨਿਕਲੇ ਤਾਪ ਹੀ ਕਰੀ ਜਾਵੇ ਚੰਦ ਸੂਰਜ ਵੇਖਣ ਦੀ ਵੀ ਇੱਛਾ ਮਰ ਜੇ ਵੀ ਬਾਹਰ ਚੰਦ ਚੜ੍ਹਿਆ ਕਿ ਸੂਰਜ ਦੇਣਾ ਕਿ ਰਾਤ ਇਹੋ ਜਿਹੇ ਥਾਂ 'ਤੇ ਰਹਿੰਦਾ ਹੋਵੇ ਮੱਥੇ ਕਿਸੇ ਦੇ ਲੱਗਦਾ ਨਾ ਹੋਵੇ ਇੰਨਾ ਤਪ ਕਰਨ ਵਾਲਾ ਬੰਦਾ ਵੀ ਰੱਬ ਦੇ ਨਾਂ ਦੀ ਕੀਮਤ ਨਹੀਂ ਦੱਸ ਸਕਦਾ ਇਹ ਰੱਬ ਦੇ ਨਾਂ 'ਚ ਕਿੱਡੀ ਕੁ ਤਾਕਤ ਹੈ ਮਹਾਰਾਜ ਕਹਿੰਦੇ ਭੀ ਤੇਰੀ ਕੀਮਤ ਨਾ ਪਵੇ ਹੋਂ ਕੇਵੜ ਆਖਾ ਨਾ ਹੋ ਫਿਰ ਦੂਸਰੀ ਉਦਾਹਰਨ ਦਿੰਦੇ ਸੱਚੇ ਪਾਤਸ਼ਾਹ ਕੁੱਸਾ ਕਟੀਆ ਵਾਰ ਵਾਰ ਪੀਸਣ ਪੀਸਾ ਪਾਏ ਅੱਗੀ ਛੇਤੀ ਜਾਲੀਆ ਭਸਮ ਛੇਤੀ ਰਲ ਜਾਓ ਭੀ ਤੇਰੀ ਕੀਮਤ ਨਾ ਪਵੇ ਹੋਂ ਕੇਵੜ ਆਖਾ ਨਾ ਆਪਣੇ ਸਰੀਰ ਨੂੰ ਬਰੀਕ ਬਰੀਕ ਕੱਟ ਲੈਣਾ ਕੋਹ ਲੈਣਾ ਫਿਰ ਉਹਨੂੰ ਚੱਕੀ 'ਚ ਪਾ ਕੇ ਪੀਣਾ ਫਿਰ ਸਵਾਹ ਬਣਾ ਕੇ ਕੱਪੜ ਛਾੜ ਕਰ ਦੇਣੀ ਅੱਗ ਨਾਲ ਸਾੜ ਕੇ ਏਡਾ ਵੱਡਾ ਵੀ ਕੋਈ ਤਪ ਕਰ ਲਏ ਨਾ ਅਜੇ ਤੱਕ ਹੋਇਆ ਨਹੀਂ ਕਿਸੇ ਤੋਂ ਕਹਿੰਦੇ ਰਾਵਣ ਨੇ ਆਪਣਾ ਸਿਰ ਵੱਢ ਕੇ ਦਿੱਤਾ ਸੀ 10 ਵਾਰੀ ਵੱਢਿਆ ਸੀ 10 ਵਾਰੀ ਫਿਰ ਰੱਬ ਨੇ ਮੋੜਿਆ ਆਪਦਾ ਸਰੀਰ ਬਰੀਕ ਬਰੀਕ ਕੱਟ ਕੇ ਸਾੜ ਕੇ ਪੀ ਕੇ ਸਵਾਹ ਕਰਕੇ ਇੰਨਾ ਤਪ ਕਰ ਸਕਦਾ ਕੋਈ ਬੰਦਾ ਇੱਥੇ ਤਾਂ ਇੰਨੀ ਬੜੀ ਸ਼ਾਬਾਸ਼ ਆ ਵੀ ਮੰਜੇ ਤੋਂ ਹੀ ਬਾਹਰ ਆ ਜੇ ਜਿਹੜਾ ਬੰਦਾ ਸੁੱਤਾ ਹੁੰਦਾ ਇੰਨਾ ਆਲਸੀ ਹੁੰਦਾ ਵਾ ਵੀ ਤੂੰ ਮੰਜੇ ਤੋਂ ਉੱਠ ਕੇ ਵਿਖਾ ਦੇ ਇੰਨੀ ਬੜੀ ਸ਼ਾਬਾਸ਼ ਟਾਈਮ ਦੇ ਨਾਲ ਏਡਾ ਬੰਦਾ ਤਪ ਕਰੇ ਫਿਰ ਵੀ ਰੱਬ ਦੇ ਨਾਂ ਦਾ ਸੱਜਣਾ ਮੁੱਲ ਪੈਂਦਾ ਨਹੀਂ ਅਖੀਰ ਮਹਾਰਾਜ ਸਾਰੀਆਂ ਉਦਾਹਰਨਾਂ ਦੇ ਕੇ ਕਹਿੰਦੇ ਆ ਵੀ ਸ਼ਾਇਦ ਕਿਸੇ ਨੂੰ ਭੁਲੇਖਾ ਹੋਵੇ ਵੀ ਲੱਖਾਂ ਕਾਗਜ਼ ਇਕੱਠੇ ਕਰ ਲਓ ਲੱਖਾਂ ਕਾਗਜ਼ਾਂ ਉੱਤੇ ਰੱਬ ਦੀ ਉਸਤਤ ਲਿਖੋ ਸ਼ਾਇਦ ਇੱਦਾਂ ਅੰਤ ਪੈ ਜੇ ਅੱਜ ਤੱਕ ਲੱਖਾਂ ਹੀ ਕਿਤਾਬਾਂ ਲਿਖੀਆਂ ਗਈਆਂ ਨੇ ਪੁਸਤਕਾਂ ਲਿਖੀਆਂ ਗਈਆਂ ਨੇ ਰੱਬ ਦੀ ਉਸਤਤ 'ਚ ਫਿਰ ਰੱਬ ਮੁੱਕ ਗਿਆ ਕਿਤੇ ਇਹ ਵੀ ਮਹਾਰਾਜ ਕਹਿੰਦੇ ਜੇ ਵਹਿਮ ਆ ਤਾਂ ਕੱਢ ਲੈ ਕੋਈ ਪੰਛੀ ਦੀ ਉਦਾਹਰਣ ਦੇ ਕੇ ਫਿਰ ਮਹਾਰਾਜ ਕਹਿੰਦੇ ਨਾਨਕ ਕਾਗਜ਼ ਲੱਖ ਮਣਾ ਪੜ ਪੜ ਕੀਚੇ ਭਾਓ ਮੱਸੂ ਤੂਟ ਨਾ ਆਵਈ ਲੇਖਣ ਪਾਉਣ ਚਲਾਓ ਭੀ ਤੇਰੀ ਕੀਮਤ ਨਾ ਪਵੇ ਹੋਂ ਕੇਵੜ ਆਖਾਂ ਨਾ ਬੰਦਾ ਨਾ ਲਿਖਣ ਲਾਓ ਬੰਦਾ ਥੱਕ ਜਾਂਦਾ ਹਵਾ ਲਿਖਣ ਲਾ ਦਿਓ ਸਾਰੀ ਦੁਨੀਆ ਨੂੰ ਕਾਗਜ਼ ਬਣਾ ਲਓ ਲੱਖਾਂ ਮਣਾ ਕਾਗਜ਼ ਇਕੱਠਾ ਕਰ ਲਓ ਜਿੰਨੀ ਬਨਸਪਤੀ ਅਤੇ ਹਵਾ ਨੂੰ ਕਹੋ ਕਿਉਂ ਹਵਾ ਰੁਕਦੀ ਨਹੀਂ ਨਾ ਚੱਲਦੀ ਰਹਿੰਦੀ ਹੈ ਹਵਾ ਨੂੰ ਕਹੋ ਵੀ ਤੂੰ ਲਿਖ ਪਾ ਉਹਨੇ ਚੱਲਦੇ ਰਹਿਣਾ ਲਿਖੀ ਜਾਣਾ ਕਹਿੰਦੇ ਫਿਰ ਵੀ ਨਹੀਂ ਨਾ ਉਹਦਾ ਅੰਤ ਪਾਇਆ ਜਾਂਦਾ ਤਾਂ ਨਾਵਾਂ ਦੇ ਵਿੱਚ ਏਡੀ ਵੱਡੀ ਉਸਤਤ ਹੈ ਨਾਮ ਦੇ ਵਿੱਚ ਏਡੀ ਵੱਡੀ ਬਰਕਤ ਹੈ ਅਤੇ ਜਿਹੜੀ ਜਾਪ ਸਾਹਿਬ ਦੀ ਬਾਣੀ ਆਪਾਂ ਵਿਚਾਰਦੇ ਹਾਂ ਇਹਦੇ ਵਿੱਚ ਨਾਮ ਹੀ ਆ ਬਸ ਅੱਡ ਅੱਡ ਨਾਂ ਨੇ ਪਰਮੇਸ਼ਰ ਦੀ ਉਸਤਤ ਦੇ ਜਿਵੇਂ 10ਵੇਂ ਪਾਤਸ਼ਾਹ ਕਿਰਪਾ ਕਰਦੇ ਹੋਏ ਫਰਮਾਉਂਦੇ ਨੇ ਆਓ ਕਥਾ ਵਿਚਾਰ ਆਰੰਭ ਕਰੀਏ ਗਰੀਬ ਨਵਾਜ ਫਰਮਾਉਂਦੇ ਹਨ ਵਾਹਿਗੁਰੂ ਸਾਹਿਬ ਜੀਓ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਦਾ ਅਰਥ ਹੁੰਦਾ ਨਮਸਕਾਰ ਰਾਜ ਰਾਜੇ ਜਿਹੜਾ ਰਾਜਿਆਂ ਦਾ ਵੀ ਰਾਜਾ ਇਹ ਜਿਹੜੇ ਦੁਨਿਆਵੀ ਬਾਦਸ਼ਾਹ ਨੇ ਨਾ ਇਹਨਾਂ ਤਪ ਕੀਤਾ ਹੁੰਦਾ ਹੈ ਅਤੇ ਉਸ ਤਪ ਦਾ ਇਹਨਾਂ ਨੂੰ ਫਲ ਮਿਲਦਾ ਕਿੱਡਾ ਤਪ ਹੋਊਗਾ ਇਹਨਾਂ ਦਾ
पंजाब की गिणती जे 4-5 करोड़ मनीए पंजाबियों की वध घट भी हो सकती अंदाजे नाल जिहड़ा पंजाब का बादशाह होगा उन्हें 4-5 करोड़ बंदे नूं चलाउणा इत्थे ते घर च भांडे खड़क पैंदे उत्थे दो जाने नहीं कट्ठे रह सकदे घर च 4 मैंबर होंदे आ बस तां ठां हो जांदे उसे वेले मान लो पंजाब सूबा वा उन्हों चलाउणा जिहड़े बादशाह ने किन्ना ताप होवेगा उहदा वो वक्री गल है भी तपों राज ते राजों नरक वो ताप खत्म ही करता ना परमेशर माड़े काम जदों बंदा कर लग पैंदा फिर वो ताप खत्म हुंदा जे सीधा कहां भी 4-5 करोड़ बंदे नू बेवकूफ बना के राजा बनना लारे ला के बादशाह बनना 4-5 करोड़ बंदे नू यकीन करा देना वा भी जो मैं कह रहा सच आ तो लोग करते भी आ हर 5 साल बाद हों के नहीं हों करते ही है ना लारिया तो यकीन करना ही पैंदा। अच्छा ये तो हो गया पंजाब तो सारे हिंदुस्तान की गिणती कि जिहड़ा सारे हिंदुस्तान का बादशाह होगा उहदा ताप किन्ना होगा जिहड़ा सारे हिंदुस्तान दे इन्नी ज्यादा गिणती हो चुकी है भी 100 करोड़ तो उपर जनसंख्या हिंदुस्तान कल्ले दी जा चुकी है इन्नी दुनिया नू बेवकूफ बना के बादशाह बनना ते लोकां ने यकीन भी करना उत्ते आम बंदा झूठ मारे ते लोग कहिंदे जा जा तुरिया जा झूठ मारन तो बिना काम की आ बादशाह मारे ते कहिंदे नहीं सच आ तगड़े बंदे का झूठ भी सच मनिया जांदा है। ये वैसे मैं बंदगी की गल करता पिया वा कि ताप होगा पर ये जेड़े राजे ने ना ये फिर जुल्म करके पाप करके अपना ताप खत्म कर लेंगे लोगों ना अन्याय करते ने बेइंसाफियां करते ने ते जिड्डी बंदे की पदवी होंगी ना होमे भी बंदे की उड्डी वड्डी होंगी जिड्डी बंदे दी पोस्ट हुंदी हंकार भी उन्ना ही हुंदा बंदे दा पर परमेशर वाहिगुरु किदां दा राजा वा वो राजे बनाउण वाला वा जे उहदी मेहर दी निगाह हो जाए ते कखां तो लखां वाला कर दिंदा। अच्छा जे उहदी नज़र पुठी पै जाए करोपी हो जाए ते लखां वाले कखां च रल जांदे खत्म हो जाते। अज जे चेता किया जाए तो औरंगजेब की समझदा सी कि मैं की समझदा नौवें पातशाह नूं बादशाह सी ना किन्नी हंकार होमे कि मैं की समझदा एक साधु नूं एक पीर नूं फकीर नूं पर अज औरंगजेब कित्थे है ते नौवें पातशाह का नाम जपया जा रहा। जिहड़ा वाहिगुरु आ ना ये राजिआं दा भी राजा वा ये राजे बनाउण वाला भी आ ते ढाउण वाला भी आ इस करके इहनूं राजिआं दा भी राजा कहा जांदा है जां प्रकाश सरूप का भी प्रकाश सरूप कहा जांदा है। ये सदीवी रहण वाला वा जी जिहड़े झूठे बादशाह ने थोड़े चिर दे ने वाहिगुरु इदां दा बादशाह जिहड़ी जिहदी हस्ती सदीवी रहिंदी है इस करके महाराज कहिंदे असीं जिहड़ा राजिआं दा राजा वाहिगुरु परमेशर है उहनूं नमस्कार करदे हां। नमो साज साजे उस वाहिगुरु जी दे ताई नमस्कार है जिहड़ा साज साजे नमो साज साजे नमस्कार है जिहड़ा साजां दे विच साज सरूप है जां फिर दूजा अर्थ महापुरश करदे ने साज दा अर्थ हुंदा बनाओ बनावट नहीं जिहनूं आपां कह दिंदे रचना कोई चीज़ बनाउणी
ਇਹ ਰਚਨਾ ਕਿੰਨੇ ਬਣਾਈ ਆ, ਇਹ ਬਨਾਵਟ ਕਿੰਨੇ ਬਣਾਈ ਆ, ਇਹ ਸਾਜ ਕਿੰਨੇ ਸਾਜਿਆ ਹੈ। ਤਾਂ ਇਹ ਦੁਨੀਆ ਰੂਪੀ ਰਚਨਾ, ਇਹ ਰੰਗ ਬਰੰਗਾ ਸੰਸਾਰ ਜਿਹਨੂੰ ਦੇਖ ਕੇ ਬੰਦਾ ਮੋਹਿਤ ਹੋਇਆ ਰਹਿੰਦਾ ਹੈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ, ਇਹ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਇਹਨਾਂ ਸਾਜਾਂ ਨੂੰ ਸਾਜਣ ਵਾਲਾ ਹੈ, ਭਾਵ ਬਣਾਓ ਨੂੰ ਬਣਾਉਣ ਵਾਲਾ ਹੈ, ਰਚਨਾ ਨੂੰ ਰਚਣ ਵਾਲਾ ਹੈ। ਉਸ ਵਾਹਿਗੁਰੂ ਜੀ ਨੂੰ ਨਮੋ ਕੀ ਹੈ, ਨਮਸਕਾਰ ਹੈ। ਜਾਂ ਫਿਰ ਮਹਾਂਪੁਰਸ਼ ਅਰਥ ਕਰਤੇ ਨਮੋ ਸਾਜ ਸਾਜੇ, ਜਿਹੜੇ ਉਸ ਪਰਮਾਤਮਾ ਨੂੰ ਮੰਨਣ ਲੱਗ ਪੈਂਦੇ ਆ ਨਾ, ਰੱਬ ਉਹਨਾਂ ਦੇ ਸਾਰੇ ਹੀ ਸਾਜ ਸਾਜ ਦਿੰਦਾ ਹੈ, ਭਾਵ ਸਾਰੇ ਕੰਮ ਹੀ ਕਰ ਦਿੰਦਾ ਹੈ। ਐਸੇ ਰੱਬ ਨੂੰ, ਪਰਮੇਸ਼ਰ ਨੂੰ ਵਾਹਿਗੁਰੂ ਨਮਸਕਾਰ, ਨਮੋ ਮੈਨੇ ਨਮਸਕਾਰ। ਉਦਾਹਰਣ ਦੇ ਤੌਰ 'ਤੇ ਭਾਈ ਗੁਰਦਾਸ ਜੀ ਮਹਾਰਾਜ ਨੇ ਉਦਾਹਰਣ ਦਿੱਤੀ ਆ ਸੁਦਾਮੇ ਬ੍ਰਾਹਮਣ ਦੀ, ਜਿਹੜਾ ਭਗਵਾਨ ਕ੍ਰਿਸ਼ਨ ਜੀ ਦਾ ਮਿੱਤਰ ਸੀ ਅਤੇ ਗੁਰੂ ਸੰਦੀਪਨ ਦੇ ਪਾਸ ਇਕੱਠੇ ਪੜ੍ਹਦੇ ਰਹੇ। ਗੁਰੂ ਕੁਲ 'ਚ ਸੇਵਾ ਲੱਗਦੀ ਹੈ ਅਤੇ ਪੜ੍ਹਾਈ ਦੇ ਨਾਲ ਨਾਲ ਜੀਵਨ ਬਣਦੇ ਨੇ, ਜ਼ਿੰਦਗੀ ਬਣਦੀ ਹੈ। ਅੱਜ ਕੱਲ੍ਹ ਜਿਹੜੀ ਪੜ੍ਹਾਈ ਆ ਨਾ, ਇਹ ਵਕਾਰ ਨਹੀਂ ਮਾਰਦੀ, ਇਹ ਵਕਾਰ ਪੈਦਾ ਕਰਦੀ, ਅੱਗ ਲਾਉਂਦੀ। ਸਗੋਂ ਅੱਜ ਕੱਲ੍ਹ ਦੀ ਜਿਹੜੀ ਪੜ੍ਹਾਈ ਪਤਾ ਕਿੱਦਾਂ ਸਾਡੇ ਪਰਿਵਾਰ ਵਾਲੇ ਕਰਾਉਂਦੇ, ਤੂੰ ਡਾਕਟਰ ਬਣ ਜਾ, ਬੜੇ ਪੈਸੇ ਵੱਢਿਆ ਕਰੇਗਾ। ਇਹ ਜੰਮਦੇ ਦੇ ਉਹਨਾਂ ਨੇ ਪਾਈ ਦਿਮਾਗ 'ਚ, ਉਹ ਫਿਰ ਆਹ ਕੰਮ ਹੀ ਕਰਦਾ। ਫਿਰ ਹੁਣ ਜਿਹੜਾ ਬੰਦਾ 30-35 ਲੱਖ ਰੁਪਈਆ ਦੇ ਕੇ ਡਾਕਟਰ ਦੀ ਪੜ੍ਹਾਈ 'ਚ ਜਿਹਨੂੰ ਐਡਮਿਸ਼ਨ ਦਿੱਤੀ ਆ, ਉਹਨੇ ਫਿਰ ਬਾਹਰ ਆਉਂਦਿਆਂ ਹੀ ਫਿਰ ਵੱਢਦਾ, ਫਿਰ ਰੀਜਨ ਉਹ ਨਹੀਂ ਲਿਹਾਜ ਕਰਦਾ ਕਿਸੇ ਦਾ। ਭਾਵੇਂ ਮਰੇ ਬੰਦੇ ਨੂੰ 4 ਦਿਨ ਆਕਸੀਜਨ ਲਾਉਣੀ ਪਵੇ, ਉਹ ਨਹੀਂ ਲਿਹਾਜ ਕਰਦਾ ਕਿਸੇ। ਤਾਂ ਸਾਡੇ ਮਨਾਂ 'ਚ ਇੱਕ ਗੱਲ ਪਾ ਤੀ, ਤੂੰ ਆਹ ਪੜ੍ਹਾਈ ਕਰ ਲਾ, ਇੰਨੇ ਪੈਸੇ ਕਮਾਵੇਂਗਾ। ਜਿਹੜੀ ਪੁਰਾਣੀ ਪੜ੍ਹਾਈ ਸੀ ਨਾ, ਜਿਵੇਂ ਗੁਰੂਕੁਲਾਂ 'ਚ ਹੁੰਦੀ ਸੀ, ਵਿਦਿਆਲਿਆਂ 'ਚ ਹੁੰਦੀ ਜਾਂ ਟਕਸਾਲ 'ਚ ਹੁੰਦੀ ਹੈ, ਇਹ ਨਾਲ ਨਾਲ 2 ਘੰਟੇ ਸੇਵਾ ਕਰਨੀ, ਫਿਰ ਪਾਠ ਕਰਨਾ, ਉਹਦੇ ਨਾਲ ਹਿਰਦਾ ਸਾਫ਼ ਹੋ ਜਾਂਦਾ ਸੀ, ਜੀਵਨ ਬਣਦੇ ਸੀ, ਜੀਵਨ ਘੜੇ ਜਾਂਦੇ ਆ। ਘੜੀ ਹੈ ਸ਼ਬਦ ਸੱਚੀ ਟਕਸਾਲ, ਜਦੋਂ ਜੀਵਨ ਘੜੇ ਜਾਂਦੇ ਆ, ਫਿਰ ਉਹ ਜਿਹੜੇ ਗੁਰੂ ਕੇ ਸਿੱਖ ਹੁੰਦੇ ਨਾ, ਫਿਰ ਉਹ ਸੰਸਾਰ ਦਾ ਭਲਾ ਕਰਦੇ। 3 ਅੰਗਰੇਜ਼ਾਂ ਦੀਆਂ ਕੂਟਨੀਤੀਆਂ ਵਾਂ, ਇੱਕ ਕਲਾਸ, ਦੂਜਾ ਕੋਰਟ, ਤੀਜਾ ਕਲੱਬ। ਇਹ 3 ਕੂਟਨੀਤੀਆਂ ਸੀ ਅੰਗਰੇਜ਼ਾਂ ਦੀਆਂ। ਪਹਿਲਾਂ ਪੜ੍ਹਾਈ ਗੁਰਦੁਆਰਿਆਂ ਅਤੇ ਮੰਦਰਾਂ 'ਚ ਅਤੇ ਮਸਜਿਦਾਂ 'ਚ ਹੁੰਦੀ ਸੀ। ਪੜ੍ਹਾਈ ਇਕੱਲੀ ਖੁਸ਼ਕ ਨਹੀਂ ਸੀ ਹੁੰਦੀ, ਨਾਲ ਰੱਬ ਦੀ ਨਵੀਂ, ਰੱਬ ਦੀ ਸ਼ਰਧਾ ਵੀ ਹੁੰਦੀ ਸੀ। ਇਹਨਾਂ ਪੜ੍ਹਾਈ ਕੱਢਤੀ ਧਾਰਮਿਕ ਜਗ੍ਹਾ ਤੋਂ ਬਾਹਰ, ਬੜੀ ਕੂਟਨੀਤੀ ਆ ਨਾ ਅੰਗਰੇਜ਼ ਦੀ। ਉਹ ਤਾਂ ਚਲੋ ਸਾਡੇ ਜਿਹੜੇ ਮਹਾਂਪੁਰਸ਼ ਸੀ, ਸਿਆਣੇ ਸੀ, ਡਾਕਟਰ ਭਾਈ ਵੀਰ ਸਿੰਘ ਜੀ, ਉਹਨਾਂ ਨੇ ਫਿਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਨਾਂ 'ਤੇ ਸਕੂਲ ਖੋਲ੍ਹੇ, ਜਿਹੜਾ ਚੀਫ ਖਾਲਸਾ ਦੀਵਾਨ ਬਣਿਆ। ਵੀ ਪੜ੍ਹਾਈ ਦੇ ਨਾਲ ਨਾਲ ਗੁਰਮਤ ਵੀ, ਕੱਲੀ ਖੁਸ਼ਕ ਪੜ੍ਹਾਈ ਨਾ ਕਰੀ ਜਾਇਓ, ਗੁਰੂ ਨੂੰ ਵੀ ਚੇਤੇ ਰੱਖਿਓ। ਇਹ ਨਾ ਹੋਵੇ ਵੀ ਪੜ੍ਹ ਕੇ ਕਹਿ ਦਿਓ ਵੀ ਗੁਰੂ ਕੌਣ, ਗੁਰਦੁਆਰਾ ਕੌਣ, ਅੱਜ ਕੱਲ੍ਹ ਇਹੀ ਚੱਲਦਾ ਨਾ। ਕੱਪ ਦੂਜਾ ਕੀ ਕਲੱਬ, ਆਪਣੇ ਕੋਰਟ ਜਿੱਥੇ ਨਿਆਂ ਹੁੰਦਾ। ਪਹਿਲਾਂ ਨਿਆਂ ਕਿੱਥੇ ਹੁੰਦਾ ਸੀ, ਸਿੱਖਾਂ ਦਾ ਗ੍ਰੰਥੀ ਕਰੂਗਾ, ਮੁਸਲਮਾਨਾਂ ਦਾ ਕਾਜੀ ਕਰੂਗਾ। ਅਤੇ ਤੀਸਰਾ ਕੀ ਕਲੱਬ, ਅੰਗਰੇਜ਼ ਨੇ 3 ਚੀਜ਼ਾਂ ਖੋਲੀਆਂ ਬੰਦੇ ਤੋਂ। ਇੱਕ ਇਹਨਾਂ ਦੀ ਪੜ੍ਹਾਈ ਖੋਲ੍ਹੀ, ਦੂਜਾ ਨਿਆਂ ਖੋਲ੍ਹਿਆ, ਤੀਜਾ ਕਲੱਬ 'ਚ ਕੀ ਆਪਾਂ ਵੇਸਟ ਕਰਦੇ ਜਾ ਕੇ, ਪੈਸਾ ਅਤੇ ਸਮਾਂ।
ਸਮਾਂ ਖੋ ਲਿਆ। ਰੱਬ ਵਾਲੇ ਬੰਨੇ ਤੁਰਨ ਹੀ ਨਹੀਂ ਦੇਣਾ ਤੁਹਾਨੂੰ। ਉਹ ਕਿਸੇ ਸੱਜਣ ਨੇ ਬੜਾ ਸੋਹਣਾ ਕਿਹਾ ਸੀ ਨਾ ਵੀ ਜਦੋਂ ਤੋਂ ਊੜਾ ਊਠ ਹੋ ਗਿਆ ਜਾਂ ਊੜਾ ਉੱਲੂ ਹੋ ਗਿਆ ਉਦੋਂ ਤੋਂ ਇਹਨਾਂ ਦਾ ਪੱਠਾ ਬਹਿ ਗਿਆ। ਜਦੋਂ ਗੁਰਦੁਆਰੇ ਪੜ੍ਹਾਇਆ ਜਾਂਦਾ ਸੀ ਵੀ ਊੜਾ ਕੀ ਆ ਅਤੇ ਕੀ ਕਿਹਾ ਜਾਂਦਾ ਸੀ ਊੜਾ ਓਅੰਕਾਰ, ਕਿੰਨਾ ਫਰਕ ਆ। ਅਤੇ ਜਦੋਂ ਸਕੂਲ 'ਚ ਪੜ੍ਹਾਇਆ ਜਾਂਦਾ ਸੀ ਊੜਾ ਕੀ ਆ ਉਹ ਕਹਿੰਦੇ ਊੜਾ ਊਠ ਆ, ਇੱਦਾਂ ਹੀ ਆ ਨਾ, ਜਾਂ ਊੜਾ ਕੀ ਆ ਉੱਲੂ। ਤਾਂਹੀਓ ਜਾ ਕੇ ਫਿਰ ਸਕੂਲ ਤੋਂ ਜਾਂਦਿਆਂ ਹੀ ਫਿਰ ਮਾਂ ਪਿਓ ਦੇ ਪਾ ਲੈਂਦੇ ਗੱਲ ਨੂੰ ਹੱਥ, ਜਦੋਂ ਪੜ੍ਹ ਕੇ ਹੀ ਊੜਾ ਉੱਲੂ ਆਏ ਸੀ। ਅਤੇ ਜੇ ਪੜ੍ਹ ਕੇ ਆਏ ਹੁੰਦੇ ਊੜਾ ਓਅੰਕਾਰ ਓਅੰਕਾਰ, ਹੁਣ ਗੁਰਮੁਖੀ 'ਚ ਊੜੇ ਨੂੰ ਕੀ ਲਿਖਿਆ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿੰਚਿਤ, ਓਅੰਕਾਰ ਸੈਲ ਯੁਗ ਭਏ, ਓਅੰਕਾਰ ਬੇਦ ਨਿਰਭਏ। ਪੜ੍ਹਾਈ ਮਾੜੀ ਨਹੀਂ ਆ, ਪਰ ਪੜ੍ਹਾਈ ਕਿੱਦਾਂ ਦੀ ਨਾਲ ਗੁਰਮਤ ਦੀ ਵੀ। ਇਸੇ ਕਰਕੇ ਸਾਧੂ ਸੰਤਾਂ ਮਹਾਂਪੁਰਸ਼ਾਂ ਨੇ ਫਿਰ ਸਕੂਲ ਖੋਲ੍ਹੇ ਜਿਨ੍ਹਾਂ 'ਚ ਦੁਨਿਆਵੀ ਪੜ੍ਹਾਈ ਵੀ ਅਤੇ ਨਾਲ ਗੁਰਮਤ ਵੀ। ਇਕੱਲੀ ਖੁਸ਼ਕ ਪੜ੍ਹਾਈ ਨਹੀਂ ਕਰਨੀ ਭਾਈ। ਤਾਂ ਇਸ ਪ੍ਰਕਾਰ ਗੁਰੂਕੁਲ 'ਚ ਸੇਵਾ ਕਰਦੇ ਸੀ, ਗੁਰੂ ਸੰਦੀਪਨ ਪਾਸ ਪੜ੍ਹਦੇ ਸੀ ਭਗਵਾਨ ਕ੍ਰਿਸ਼ਨ ਅਤੇ ਸੁਦਾਮਾ ਬਿੱਪਰ ਬ੍ਰਾਹਮਣ, ਦੋਵਾਂ ਦੀ ਯਾਰੀ ਸੀ। ਅਤੇ ਤੁਹਾਨੂੰ ਪਤਾ ਵੀ ਬਾਲ ਸਿਖਾਈ ਯਾਰ ਭੁੱਲਦੇ ਨਹੀਂ, ਜਿਹੜੇ ਨਿੱਕੇ ਹੁੰਦੇ ਯਾਰ ਹੁੰਦੇ ਨੇ ਭੁੱਲਦੇ ਨਹੀਂ, ਕਿਉਂ ਕੋਈ ਭਾਵਨਾ ਮਾੜੀ ਨਹੀਂ ਹੁੰਦੀ, ਮੌਜ ਮਸਤੀ ਕਰਦੇ ਆ। ਅਤੇ ਦੋ ਘੰਟੇ ਚਾਰ ਘੰਟੇ ਸੇਵਾ ਵੀ ਕਰਨੀ ਤਾਂ ਸੇਵਾ ਕਰਨ ਵਾਸਤੇ ਲੱਕੜਾਂ ਚੁਗਣ ਜਾਣਾ, ਭਾਵੇਂ ਭਗਵਾਨ ਕ੍ਰਿਸ਼ਨ ਸੀ ਪਰ ਸੇਵਾ ਤਾਂ ਕਰਨੀ ਪੈਣੀ ਆ, ਲੱਕੜਾਂ ਚੁਗਣ ਜਾਣਾ। ਅਤੇ ਨਾਲ ਸੁਦਾਮਾ ਵੀ ਅਤੇ ਸੰਦੀਪਨ ਜੀ ਜਿਹੜੇ ਗੁਰੂ ਸੀ ਉਹਨਾਂ ਦੀ ਘਰ ਵਾਲੀ ਨੇ ਨਾ ਚਨੇ ਛੋਲੇ ਬੰਨ ਤੇ ਵੀ ਚੱਬ ਲਿਓ ਜੇ ਭੁੱਖ ਲੱਗੀ। ਮਹਾਰਾਜ ਨੂੰ ਪਤਾ ਨਾ ਲੱਗਣ ਦਿੱਤਾ, ਸੁਦਾਮੇ ਨੇ ਆਪ ਬੰਨ ਲਏ ਪੱਲੇ। ਉੱਥੇ ਜਦੋਂ ਲੱਕੜਾਂ ਚੁੱਕਦੇ ਪਏ ਸੀ ਹਨੇਰੀ ਮੀਂਹ ਆਇਆ, ਜਿੱਦਾਂ ਸਾਖੀ ਲਿਖੀ ਗਈ ਹੈ, ਕਿਸੇ ਦਰਖਤ ਥੱਲੇ ਬੈਠੇ ਬਚਣ ਦੇ ਮਾਰੇ, ਅਤੇ ਸੁਦਾਮਾ ਕੱਢ ਕੇ ਹੌਲੀ ਜੀ ਚੱਬਣ ਲੱਗ ਪਿਆ। ਅਤੇ ਮਹਾਰਾਜ ਕਹਿੰਦੇ ਉਹ ਕੱਲ ਆਪਣੇ ਕੀ ਚੱਬਦਾ ਪਿਆ, ਭਗਵਾਨ ਕ੍ਰਿਸ਼ਨ ਜੀ। ਸੁਦਾਮਾ ਜੀ ਦੇ ਮੂੰਹੋਂ ਝੂਠ ਨਿਕਲ ਗਿਆ ਕਿ ਸਰਦੀ ਦੇ ਨਾਲ ਦੰਦ ਵੱਜਦੇ ਪਏ ਆ। ਭਗਵਾਨ ਕਹਿੰਦੇ ਜਾ ਓਏ, ਛੋਲਿਆਂ ਬਦਲੇ ਐਡਾ ਝੂਠ ਮਾਰਤਾ ਜੀ, ਜਾ ਦਲਿੱਦਰੀ ਨਾ ਹੋਵੇ ਕਿਸੇ ਥਾਂ ਦਾ। ਉਹ ਇਹੋ ਜਿਹੇ ਤੀਰ ਨਿਕਲੇ ਦਲਿੱਦਰ। ਚਲੋ ਸਮੇਂ ਦੇ ਨਾਲ ਭਗਵਾਨ ਬਾਦਸ਼ਾਹ ਹੋ ਗਏ, ਰਾਜੇ ਹੋ ਗਏ, ਇਹ ਵੀ ਵਿਆਹਿਆ ਗਿਆ, ਨਿਆਣੇ ਹੋਏ ਸੁਦਾਮੇ ਦੇ, ਅਤੇ ਉਹ ਬਚਨ ਤਾਂ ਪੂਰੇ ਹੋਣੇ ਸੀ। ਇਹੋ ਜਿਹੀ ਦਲਿੱਦਰ ਆਇਆ, ਫਿਰ ਗਰੀਬੀ ਆਈ ਇਹੋ ਜਿਹੀ ਕਿ ਕਈ ਕਈ ਦਿਨ ਭੁੱਖੇ ਲੰਘਣੇ, ਮਾਂ ਪਿਓ ਚੜ੍ਹਾਈ ਕਰ ਗਏ। ਪਰ ਸੁਦਾਮਾ ਗੁਰੂ ਸੰਦੀਪਨ ਦਾ ਸਿੱਖ ਸੀ, ਵਿਦਿਆਰਥੀ ਸੀ, ਵਿਦਿਆ ਸਾਰੀ ਪੜ੍ਹਿਆ ਸੀ, ਸੰਤੋਖੀ ਬਹੁਤ ਜ਼ਿਆਦਾ ਸੀ। ਅਤੇ ਘਰ 'ਚ ਇੰਨੀ ਗਰੀਬੀ ਆ ਗਈ ਕਿ ਕੱਪੜੇ ਵੀ ਸਰੀਰ ਦੇ ਤਨ ਦੇ ਪਾੜ ਗਏ, ਅਤੇ ਨਿਆਣਿਆਂ ਦੇ ਇੰਨੇ ਬੁਰੇ ਹਾਲ। ਦੁੱਧ ਦੀ ਗੱਲ ਛੱਡੋ, ਜੇ ਦੁੱਧ ਮੰਗਣਾ ਅਤੇ ਚੌਲ ਪੀਹ ਕੇ ਬੁੱਲਾਂ ਨੂੰ ਲਾ ਦੇਣੇ ਪਾਣੀ ਪਾ ਕੇ, ਦੁੱਧ ਦਾ ਭੁਲੇਖਾ ਪਾਉਣ ਨੂੰ। ਪਰ ਏਡਾ ਸੰਤੋਖੀ ਸੁਦਾਮਾ, ਇੱਕ ਵਾਰੀ ਇਹਨਾਂ ਦੇ ਘਰ ਕੋਈ ਭਿਕਸ਼ੂ ਆਇਆ, ਮੰਗਣ ਵਾਲਾ ਆਇਆ, ਹੁਣ ਘਰ 'ਚ ਹੋਵੇ ਕੁਛ ਤਾਂ ਦੇਣ। ਇਹਦੀ ਘਰ ਵਾਲੀ ਕਹਿੰਦੀ ਸਾਡੇ ਸੂਤਕ ਆ। ਉਹ ਭਿਕਸ਼ੂ ਕਹਿੰਦਾ ਸੂਤਕ ਬਹੁਤੇ ਦਿਨ ਨਹੀਂ ਚੱਲਦਾ ਹੁੰਦਾ, ਉਹ ਤਾਂ ਨਿਕਲ ਜਾਂਦਾ ਹੁੰਦਾ। ਸੂਤਕ ਮੰਨਦੇ ਨੇ ਜਨਮ ਤੋਂ, ਪਾਤਕ ਮੰਨਦੇ ਨੇ ਮਰਨ ਤੋਂ। ਜਨਮ ਤੋਂ ਬਾਅਦ ਕੁਝ ਦਿਨ ਸੂਤਕ ਮੰਨਿਆ ਜਾਂਦਾ, ਅਪਵਿੱਤਰਤਾ ਮੰਨੀ ਜਾਂਦੀ ਹੈ, ਫਿਰ ਉਸ ਘਰ ਦਾ ਅੰਨ ਨਹੀਂ ਖਾਂਦਾ ਕੋਈ। ਇਹਨਾਂ ਦੇ ਸੂਤਕ ਆ ਪਵਿੱਤਰਤਾ, 10 ਦਿਨ 15 ਦਿਨ, ਅੱਡ ਅੱਡ ਵਿਧਾਨ ਨੇ ਸ਼ਾਸਤਰ ਦੇ।
वो कहिंदा जे सूतक आ ते कुछ दिन ही चलना वो ते निकल जूगा। इहदी घरवाली बड़ी सियाणी सी, कहिंदी नहीं साढ़े घर दलिद्र ने जन्म लिया वा, सूतक कित्थों दा जन्म तो दलिद्र ने जन्म लिया, वह नहीं निकलता, कंगालता नहीं निकलती, गरीबी नहीं निकलती। तो भिक्षु कहण लगा फिर दलिद्र निकलता वा मित्रां दी संगत नाल, सज्जणां दी संगत नाल। ते तेरे घर वाले दा मित्र आ भगवान कृष्ण जिहड़ा बादशाह वा, भगवान भी आ ते राजा भी आ, उहदे पास जाओ आपे कढूगा दलिद्र तुहाडे। सुदामा जी नूं दस्या गया, सुदामा जी कहिंदे भागवान ने संतोख वर्गा सुख नहीं, ते मंगण गया सो मर गया, ते मैं तो नहीं मंगना, किहड़े मूँह ना मंगा, नाले जे पैसा मंग भी लिया ते जिहड़ा हुण मैं सुख दे नाल सौंदा मैनूं ते टेंशन ही पई रहनी है, कोई चोरी ना कर ले, कोई ऐ ना कर ले। एडा साधु लोग सी सुदामा। इहदी घरवाली कहिंदी वी तूं आपदी गल ना कर, बच्चियां अल वेख, मेरे अल वेख। चलो बहुती जिद करन ते इह फिर कहिंदा, इहदी घरवाली कहिंदी चल इदां कर वी जे तेरा धर्म इजाजत नहीं दिंदा मंगण दी, भी जो भिख्या च मिल गया ठीक, जो मेरे कर्म चा ठीक, ते तू उन्हां दे दर्शन ही कर आ। इसे करके गुरबाणी कहिंदी आ गुरु दे दर्शन च ही बड़ी ताकत, जे होर कुछ नहीं हुंदा ते महाराज नूं नमस्कार ही करो, ते जे नमस्कार दा बल प्राप्त हो गया, नमस्कार करन लग पे, फिर गुरबाणी दी विचार भी करनी शुरू करो। वो जिहड़ा सुदामा सी वो इस गल ते राजी हो गया भी मैं मूँहों नहीं मंगना, मैनू शर्म आउंदी आ, इन्नी विद्या पढ़ के फिर उस ओह गल्लां करां, पर दूसरे बन्ने न्याणे घरवाली बुरा फसिया फिर विच। चलो आपदी घरवाली नूं कहण लगे भी भागवान ने भी गल इदां वा भी धार्मिक ग्रंथ कहिंदे आ वैद गुरु नृप ज्योतिषी अवर संत टिक जाए, रिगत पाण ना जाइए फल दीए फल पाए। वैद कोले, गुरु कोले, बादशाह कोले, ज्योतिषी कोले, संतां कोले खाली हथ नहीं जाना, भावें एक फोली तोड़ के रख दे, फल दीए फल पाए, जो बीजोगे वो मिलेगा, जे फल रखोगे तो फल मिलेगा। इस करके कुछ ना कुछ मत्था टेको। हुण गरीबी बड़ी सी, चौलां दी गंढ बन ली, चौल बन ले थोड़े जे घर च सी, गरीबी इन्नी सी। चलो सोचते तुरे जांदे आ कहिंदे भगवान बड़ा बेअंत है, उन्होंने राह ही इन्हों का निक्का करता, राह ही छोटा करता, बड़ी छेती पहुँच गए। चरण सरन गुर एक पेंडा जाए चल, सतगुर कोट पेंडा आगे होए लेत हैं। भाव थकावट ही ना हुई, ते जदों सिंह द्वार दर्शनी ड्योड़ी होंदी ना, मेन दरवाजा बादशाहां दा, उत्थे जाके जिहड़ा दरबान खलोता सी उन्हूं आख्या कि मित्र कृष्ण नूं मैं मिलना आ। वो सुन के हैरान हो गया भी इहदे कपड़े पाटे ने, पैरां च इहदे जुत्ती नहीं, ब्याईयां पैरां दियां पाटियां पईयां ने, ते भगवान नूं कहिंदा मित्र कृष्ण भी मेरा मित्र आ, जाके सुना दे। पहलां ते कहिंदे उन्हूं यकीन ही नहीं आया सदामे दे हालात वेख के, फिर उहदे मन च तरस आया कि भगवान दीन बंधु आ, तां मित्र कहिंदा होगा भी गरीबां दा यार। जदों भगवान जी नूं सुना दिता ते कहिंदे फिर वह बिना जुत्ती पाए भजे फिर सिंघासन तो, ते ऐ लम्मे पै के डंडौत कीती, पूरा लम्मे पै जाईदे ना डांग वांग सीधे,
अपने हथी चरण धोते सदामे दे वो चरणा अमृत पीता ते फिर शनान करा के सिंघासन ते आपदे बराबर बिठाया। साखी ते बहुत लंबी आ संखेप च बेनती करा हुण सदामा शर्म दा मारा ना जिहड़े चौल बन के लियाया सी एवें मुठक गरीबी दावा गंढ बन्नी सी ओ उं ही लकोले जदों वेख्या ना भगवान दे महल उत्थे दे खजाने भरे पए आ ते इन्ने क चौल उं ही शर्म आ गई फिर भगवान जानी जान सन। वो कहिंदे मित्रा भाभी ने को भेजिया नहीं आ ज्यों लगे गल्लां करन प्राणियां कट्ठे पढ़दे रहे। कुछ दिन भगवान जी ने इन्हां नूं अपने पास रखिया ते फिर जदों आख्या कुछ भेजिया नहीं मेरे वास्ते ये लकोवे ते भगवान ने वेख्या भी ये एक पासे कछ जी की लकोई जांदा वा एक बन्ने नूं करी जांदा उन्हां बदो बदी फड़ लिया। अच्छा कहिंदे चौल भेजे तां वो चौल खोल के जदों पहली वारी मूँह च पाए तो कहिंदे भगवान ने सब कुछ ही दे दिता एक वारी मूँह च पाए। लागे उन्हां दी घर वाली सी माता रुकमणी उन्हें फिर बेनती कीती कि ताड़ी प्रसन्नता दे नाल ते लोक परलोक का सुख मिल जाता है हुण होर इन्हां नूं की देना वा सदामे नूं नहीं पता भी की दे रहे हैं मैनू सिर्फ उहदे सुके चौल जदों मूँह च पाए ਤਾਂ ਉਹਨੇ ਰੁਕਮਣੀ ਨੇ ਫਿਰ ਦੂਜੇ ਫੜ ਲਏ ਵੀ ਇਹ ਸਾਨੂੰ ਦੇ ਦਿਓ। ਇੰਨੇ ਪ੍ਰਸੰਨ ਹੋ ਗਏ ਵੀ ਸਾਰਾ ਕੁਝ ਹੀ ਦੇ ਦਿੱਤਾ ਤੇ ਸਦਾਮਾ ਜੀ ਵਾਪਸ ਚੱਲੇ ਨਾ ਭਗਵਾਨ ਨੂੰ ਉਹਨਾਂ ਨੇ ਕਿਹਾ ਵੀ ਮੈਨੂੰ ਪੈਸੇ ਦੇ ਨਾ ਭਗਵਾਨ ਨੇ ਕਿਹਾ ਵੀ ਲੈ। ਤਾਂ ਸਦਾਮਾ ਜੀ ਤੁਰੇ ਜਾਂਦੇ ਸੀ ਤੇ ਹੈਰਾਨ ਹੁੰਦੇ ਸੀ ਵੀ ਹੁਣ ਮੈਨੂੰ ਪੈਸੇ ਮੰਗਦਿਆਂ ਸ਼ਰਮ ਹੀ ਆਉਣੀ ਫਿਰ ਚਲੋ ਇੱਦਾਂ ਹੀ ਤੁਰ ਪਏ ਤੇ ਸੋਚਦੇ ਜਾਂਦੇ ਵੀ ਭਗਵਾਨ ਨੇ ਪ੍ਰੇਮ ਤੇ ਬਹੁਤ ਕੀਤਾ ਤੇ ਦਿੱਤਾ ਦੁੱਤਾ ਤੇ ਜਾਪਦਾ ਨਹੀਂ ਕੁਝ ਇੱਦਾਂ ਹੀ ਜੱਫੀਆਂ ਜੁੱਫੀਆਂ ਪਾ ਕੇ ਮੋੜਤਾ। ਵੈਸੇ ਸਦਾਮਾ ਅਸਲੀ ਭਗਤ ਸੀ ਨਾ ਉਹਨਾਂ ਦੀ ਅਵਸਥਾ ਇੱਦਾਂ ਦੀ ਸੀ ਜੇ ਤਾਂ ਹੁੰਦੇ ਉਹ ਪੈਸੇ ਦੇ ਭਗਤ ਫਿਰ ਉਹ ਗੁੱਸਾ ਕਰਦੇ ਵੀ ਦਿੱਤਾ ਤਾਂ ਮੈਨੂੰ ਕੁਛ ਨਹੀਂ ਆ ਇਹ ਤਾਂ ਆਪਣੀ ਕਥਾ ਕਰਨ ਵਾਲੀ ਗੱਲ ਹੀ ਆ ਨਾ ਵੀ ਭਗਵਾਨ ਨੇ ਦਿੱਤਾ ਦਿੱਤਾ ਕੁਝ ਨਹੀਂ ਆ ਉਹਦੀ ਦਾਤ ਦਿਖਦੀ ਨਹੀਂ ਨਾ। ਸਦਾਮਾ ਅਸਲੀ ਭਗਤ ਸੀ ਸੰਤ ਸੀ ਉਹਨਾਂ ਨੇ ਸੋਚਿਆ ਵੀ ਭਗਵਾਨ ਸੋਚਦੇ ਹੋਣੇ ਜੇ ਇਹਨੂੰ ਮਾਇਆ ਦੇ ਦਿੱਤੀ ਤਾਂ ਇਹਨੇ ਲੋਭੀ ਹੋ ਜਾਣਾ ਇੱਦਾਂ ਹੀ ਰਹਿਣ ਦਿਓ ਭਗਤੀ ਕਰਦਾ ਵਾ ਪੂਜਾ ਪਾਠ ਕਰਦਾ ਵਾ। ਪਰ ਜਦੋਂ ਜਾ ਕੇ ਵੇਖਿਆ ਤੇ ਜਿੱਥੇ ਛਪੜੀ ਸੀ ਉੱਥੇ ਮਹਿਲ ਪੈ ਗਏ ਹੈਰਾਨ ਹੁੰਦੇ ਆ ਝਿਜਕਦੇ ਆ ਵੀ ਮੇਰੀ ਛੰਨ ਕਿੱਥੇ ਗਈ ਮੇਰੀ ਘਰ ਵਾਲੀ ਕਿੱਥੇ ਮੇਰੇ ਬੱਚੇ ਕਿੱਥੇ ਇਹ ਸਾਰਾ ਪ੍ਰਸੰਗ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ। ਇਸ ਕਰਕੇ ਕਹਿੰਦੇ ਭਰਾਵਾ ਜ਼ਰੂਰੀ ਨਹੀਂ ਆ ਵੀ ਗੁਰਦੁਆਰੇ ਲੋਭ ਕਰਕੇ ਹੀ ਜਾਣਾ ਵਾ ਜ਼ਰੂਰੀ ਨਹੀਂ ਆ ਵੀ ਗੁਰਦੁਆਰੇ ਮੰਗਣ ਨੂੰ ਹੀ ਜਾਣਾ ਵਾ ਇੱਕ ਵਾਰੀ ਜਾ ਕੇ ਮੱਥੇ 'ਤੇ ਲੱਗ ਗੁਰੂ ਦੇ ਦਰਸ਼ਨ 'ਤੇ ਕਰ। ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਪ੍ਰਸੰਗ ਲਿਖਿਆ ਵਾ ਵੀ ਬਿਪ ਸਦਾਮਾ ਦਾਲ ਦੀ ਬਾਲ ਸਿਖਾਈ ਮਿੱਤਰ ਸਦਾਏ ਲਾਗੂ ਹੋਈ ਬ੍ਰਾਹਮਣੀ ਮਿਲ ਜਗਦੀਸ਼ ਦਲਿੱਦਰ ਗਵਾਏ ਚੱਲਦਾ ਚੱਲਿਆ ਗਿਣਦਾ ਗੱਟੀਆਂ ਕਿਉਂ ਕਰ ਜਾਈਏ ਟੈਨਸ਼ਨ ਪੈ ਗਈ ਨਾ ਕਿਵੇਂ ਜਾਵਾਂਗੇ ਤਗੜਾ ਬੰਦਾ ਵਾ ਕੀ ਪਤਾ ਭੁੱਲ ਗਿਆ ਹੋਵੇ ਮਿਲਣਾ ਕਿ ਨਹੀਂ ਕੌਣ ਮਿਲਾਊਗਾ ਵਿਚੋਲਾ ਵੀ ਨਹੀਂ। ਪਹੁੰਚਾ ਨਗਰ ਦੁਆਰਕਾ ਸਿੰਘ ਦੁਆਰ ਖਲੋਤਾ ਜਾਏ ਦੂਰੋਂ ਦੇਖ ਡੰਡੌਤ ਕਰ ਛੱਡ ਸਿੰਘਾਸਣ ਹਰਜੀ ਆਏ। ਜਦੋਂ ਉਹਨਾਂ ਵੇਖ ਲਿਆ ਦੂਰੋਂ ਹੀ ਆਏ ਫਿਰ ਭੱਜੇ ਜੋੜਾ ਵੀ ਉੱਥੇ ਰਹਿ ਗਿਆ ਗੱਲ ਦਾ ਪਰਨਾ ਵੀ ਇੱਕ ਪਾਸੇ ਨੂੰ ਚਲੇ ਗਿਆ ਡੰਡੌਤ ਕੀਤੀ ਅਤੇ ਅਖੀਰ ਭਾਈ ਗੁਰਦਾਸ ਸਾਹਿਬ ਜੀ ਕੀ ਕਹਿੰਦੇ ਨੇ ਚਾਰ ਪਦਾਰਥ ਸਕੁੱਚ ਪਠਾਏ
एक वारी जो चौल मूह च पा के चबे ना इन्ने जी कहिंदे चार पदार्थ सदामे नूं देते ना ओही बोलिया ते ना भगवान ही बोले बस पाउण दी देर तां इहनूं की कहिंदे आ साज साजणे जिहड़े वाहिगुरु परमेशर नूं मानदे ने वाहिगुरु परमेशर उन्हां दे साज आपे ही साज दिंदा है उन्हां दे काम अपने आप करन लग पैंदा है ऐसे वाहिगुरु जी ताई नमस्कार है नमो साह साहे हे वाहिगुरु जी आप जी नू नमस्कार है नमो है आप साह साहे बादशाह दे बादशाह हो जां पंजाबी च शाह कहिंदे शाहूकार नू शाहूकारां दे भी शाहूकार हो जां साह कहिंदे उत्साह नू जिहड़ा उत्साह दे विच उत्साह है हिम्मत भी उद्दम भी बल भी उहदी किरपा दे नाल ही हुंदा है ऐसे वाहिगुरु जी दे ताई नमस्कार है जां साह कहिंदे साहां नू ये सवासां दा भी सवास ये साह किहदे सिर ते चलदे आ आत्मा दे सिर ते जदों निकल गई इत्थे ही बंद हो जाणे आ पौण शरीर च ही रहणी भर जानी आ पानी च लाश पई होवे ढिड फुल जांदा एक प्राण निकल जाना बाकी सारे इत्थे रह जाने आ तां जिहड़ा शाह साहां दा वी साह है साह किहदे सिर ते खलोते हुण कोई दरवाजा दे बंद है नहीं भी जिथे बंद करके कुंडी मार के रख ला इन्हां साहां नूं जदों आपां साह लैने आ गुरबाणी कहिंदी आ वी दस इंच कह लो जां उंगलां कह लो साह बाहर चले जांदा शरीर तों अच्छा किहड़ी ताकत आ जिहड़ी मोड़ के पाउंदी पछां चल अंदर ते जदों ताकत पिछे हट जांदी आ जिहड़ा साह बाहर गया ਉਹ ਆਉਂਦਾ ਹੀ ਨਹੀਂ ਸਰੀਰ 'ਚ ਕਹਿੰਦੇ ਡੈਥ ਹੋ ਗਈ ਆ ਮੌਤ ਹੋ ਗਈ ਅਟੈਕ ਹੋ ਗਿਆ ਵਾ ਜਾਂ ਸੁੱਤਾ ਹੀ ਰਹਿ ਗਿਆ ਵਾ ਤਾਂ ਉਹ ਸਾਹਾਂ ਦਾ ਵੀ ਸਾਹ ਮੈਨੇ ਸਾਹਾਂ ਦਾ ਵੀ ਅਧਿਸ਼ਠਾਨ ਆ ਸਾਹ ਵੀ ਉਹਦੇ ਸਿਰ 'ਤੇ ਹੀ ਹੈ ਐਸੇ ਵਾਹਿਗੁਰੂ ਜੀ ਦੇ ਤਾਈ ਮਹਾਰਾਜ ਕਹਿੰਦੇ ਨਮਸਕਾਰ ਹੈ ਨਮੋ ਮਾਹ ਮਾਹੇ ਮਾਹ ਕਹਿੰਦੇ ਚੰਦਰਮਾ ਨੂੰ ਜਿਹੜਾ ਚੰਦਰਮਾ ਦਾ ਵੀ ਚੰਦਰਮਾ ਹੈ चंद्रमा नूं भी प्रकाश देण वाला है जां चंद्रमा दा भी चंद्रमा स्वरूप है जां माह महीने नूं कहिंदे महीनियां विच्चों किहड़ा महीना मन्निया गया है माघ दा जिच पूजा पाठ सेवा सिमरन इधर दे इस देश दा कर्म धर्म चलदा है ज़्यादा हुंदा है तां उहनूं पवित्र मन्निया गया है ਤਾਂ ਐਸੇ ਵਾਹਿਗੁਰੂ ਜੀ ਦੇ ਤਾਈ ਨਮਸਕਾਰ ਹੈ ਜਿਹੜਾ ਮਹੀਨਿਆਂ ਵਿੱਚੋਂ ਮਾਘ ਦਾ ਮਹੀਨਾ ਹੈ ਔਰ ਦੂਸਰਾ ਚੰਦਰਮਾ ਦਾ ਵੀ ਚੰਦਰਮਾ ਹੈ ਮਾਹ ਦਾ ਵੀ ਮਾਹ ਹੈ ਐਸੇ ਵਾਹਿਗੁਰੂ ਤਾਈ ਮਹਾਰਾਜ ਕਹਿੰਦੇ ਨਮਸਕਾਰ ਹੈ ਨਮੋ ਗੀਤ ਗੀਤੇ ਨਮਸਕਾਰ ਹੈ ਜਿਹੜਾ ਗੀਤਾਂ ਨੂੰ ਗੀਤੇ ਗਾਇਨ ਕਰਦਾ ਹੈ ਗੀਤ ਵੀ ਉਹਦੀ ਤਾਕਤ ਦੇ ਸਿਰ 'ਤੇ ਗਾਇਨ ਹੋਣਗੇ ਜਾਂ ਗੀਤਾਂ ਦੇ ਵਿੱਚ ਜਿਹੜੀ ਗੀਤ ਸ਼ਕਤੀ ਹੈ ਕਸ਼ਿਸ਼ ਹੈ ਖਿੱਚ ਹੈ ਪ੍ਰੇਮ ਹੈ ਮੋਹ ਹੈ ਉਹ ਕਿਹਦਾ ਹੈ ਪਰਮਾਤਮਾ ਦਾ ਆ ਦੁਨਿਆਵੀ ਗੀਤ ਇਹ ਤਾਂ ਵਿਕਾਰ ਪੈਦਾ ਕਰਦੇ ਆ ਕਾਮ ਕ੍ਰੋਧ ਪੈਦਾ ਕਰਦੇ ਨਾ ਦੁਨਿਆਵੀ ਗੀਤ ਵਿਕਾਰ ਹੀ ਪੈਦਾ ਕਰਦੇ ਅੱਗ ਹੀ ਲਾਉਂਦੇ ਅੰਦਰ ਪਰ ਇੱਕ ਗੀਤ ਗੁਰਬਾਣੀ ਦੇ ਆ ਜਿਹੜੀ ਗੁਰਬਾਣੀ ਆ ਉਹ ਠੰਡ ਪਾਉਂਦੀ ਹੈ ਇਸ ਕਰਕੇ ਉਹ ਗੀਤਾਂ ਦਾ ਵੀ ਗੀਤ ਜੇ ਦੇਖਣਾ ਹੋਵੇ ਵੀ ਆਤਮਾ ਦਾ ਸੁਭਾਅ ਕੀ ਆ ਫਿਰ ਕਿਹਨੂੰ ਦੇਖਣਾ ਚਾਹੀਦਾ ਅੱਛਾ ਜੇ ਦੇਖਣਾ ਹੋਵੇ ਵੀ ਮਨ ਦਾ ਸੁਭਾਅ ਕੀ ਆ ਫਿਰ ਕਿਹਨੂੰ ਦੇਖਣਾ ਚਾਹੀਦਾ ਹੈ ਜੇ ਤੁਸੀਂ ਆਤਮਾ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਇੱਕ ਬੱਚੇ ਨੂੰ ਦੇਖੋ ਪਿਆਰਾ ਲੱਗਦਾ ਕਿ ਨਹੀਂ ਸਾਰਿਆਂ ਨੂੰ ਹੀ
ਉਦੋਂ ਆਤਮਾ ਵੀ ਹੁੰਦੀ ਹੈ, ਜਦੋਂ ਵੱਡਾ ਹੋ ਜਾਂਦਾ ਉਦੋਂ ਮਨ ਵੀ ਹੋ ਜਾਂਦਾ। ਜੇ ਮਨ ਵੇਖਣਾ ਜਵਾਨੀ ਵਾਲੇ ਨੂੰ ਵੇਖੋ ਕਿੱਦਾਂ ਅੱਗ ਲੱਗੀ ਪਈ ਹੈ, ਅਤੇ ਜੇ ਆਤਮਾ ਦੇ ਦਰਸ਼ਨ ਕਰਨੇ ਆ ਤਾਂ ਬੱਚੇ ਨੂੰ ਦੇਖੋ। ਤਾਂ ਬੱਚੇ ਨੂੰ ਦੇਖ ਕੇ ਕੀ ਫਿਰ ਸਮਝ ਪੈਂਦੀ ਹੈ, ਨਿਆਣੇ ਨੂੰ ਦੇਖ ਕੇ ਛੋਟੇ ਨੂੰ ਕੀ ਸਮਝ ਪੈਂਦੀ ਹੈ? ਇਹਦੇ ਵਿੱਚ ਜਿਹੜੀ ਆਤਮਾ ਵਾ ਦੇਖੋ ਉਹਦਾ ਸੁਭਾਅ ਕਿੱਦਾਂ ਦਾ ਵਾ, ਨਾ ਕੋਈ ਵਿਕਾਰ ਕਾਮ ਕ੍ਰੋਧ ਹੈ ਬੱਚੇ 'ਚ, ਨਹੀਂ, ਨਾ ਕੋਈ ਧੋਖਾ ਛਲ ਕਪਟ, ਮਿੰਟ 'ਚ ਗੁੱਸੇ ਅਤੇ ਮਿੰਟ 'ਚ ਮੰਨਿਆ, ਨਾ ਕੋਈ ਵੈਰ ਵਿਰੋਧ ਵੀ ਮੈਂ ਤਾਂ ਹੁਣ ਮੰਨਣਾ ਹੀ ਨਹੀਂ ਤੁਹਾਡੇ ਨਾਲ ਜਦੋਂ ਆਪਾਂ ਵੱਡੇ ਹੋ ਜਾਂਦੇ। ਬੱਚੇ 'ਚ ਇੱਕ ਗੁਣ ਆ ਭੁੱਲਣ ਦਾ, ਮਿੰਟ 'ਚ ਭੁੱਲ ਜਾਂਦਾ ਵਾ, ਹੁਣੇ ਰੋਣ ਡਿਆ ਹੁੰਦਾ, ਚੀਕਾਂ ਪੈਣ ਡੀਆਂ ਹੁੰਦੀਆਂ ਨੇ, ਜਿੱਦ ਕਰਨ ਡਿਆ ਹੁੰਦਾ ਵਾ, ਲਿਟਣ ਡਿਆ ਹੁੰਦਾ, ਅਤੇ ਕਿਸੇ ਘਰ ਵਾਲੇ ਨੇ ਕਹਿ ਦਿੱਤਾ ਆਹ ਵੇਖ ਤਿਰਲੀ ਖਾਣ ਲਈ ਲਿਆਂਦਾ, ਭੁੱਲ ਗਿਆ ਬਸ। ਅਤੇ ਜਦੋਂ ਆਪਾਂ ਵੱਡੇ ਹੋ ਗਏ, ਆਹ ਫਲਾਨੇ ਬੰਦੇ ਨੇ ਮੈਨੂੰ ਫਲਾਨੇ ਟਾਈਮ 'ਚ ਆਹ ਗੱਲ ਕਹੀ ਸੀ, ਮੇਰੇ ਅੱਜ ਵੀ ਰੜਕਦੀ ਆ। ਤਾਂ ਆਤਮਾ ਦੇ ਦਰਸ਼ਨ ਕਰਨੇ ਆ ਅਤੇ ਬੱਚੇ ਨੂੰ ਦੇਖੋ। ਵੈਸੇ ਆਤਮਾ ਦੇ ਲੱਛਣ ਕੀ ਕੀਤੇ ਆ? ਸੱਤ ਚੇਤ ਆਨੰਦ, ਸਤਿਗੁਰ ਪ੍ਰਸਾਦ ਹੋਂਦ ਚੇਤਨ ਅਤੇ ਆਨੰਦ 'ਚ ਨਿਆਣੇ ਖੇੜੇ 'ਚ ਰਹਿੰਦੇ ਆ। ਚੌਥਾ ਗੁਣ ਡਾਕਟਰ ਭਾਈ ਵੀਰ ਸਿੰਘ ਜੀ ਨੇ ਗੁਰਬਾਣੀ ਅਨੁਸਾਰ ਦੱਸਿਆ, ਕਹਿੰਦੇ ਪ੍ਰੇਮ। ਜਿਹੜਾ ਪ੍ਰੇਮ ਆ ਨਾ, ਬੱਚਾ ਪਿਆਰਾ ਲੱਗਦਾ ਕਿ ਨਹੀਂ ਸਾਰਿਆਂ, ਉਹ ਵੀ ਆਤਮਾ ਦਾ ਗੁਣ ਹੈ। ਤਾਂ ਇਸ ਕਰਕੇ ਜਿਹੜੀ ਕਸ਼ਿਸ਼ ਹੈ, ਖਿੱਚ ਹੈ, ਪ੍ਰੇਮ ਹੈ, ਤਾਂ ਉਹ ਜਿਹੜਾ ਪ੍ਰੇਮ ਉਹ ਵਾਹਿਗੁਰੂ ਦਾ ਗੁਣ ਹੈ, ਆਤਮਾ ਦਾ ਗੁਣ ਹੈ। ਇਸ ਕਰਕੇ ਭਾਈ ਉਹ ਗੀਤਾਂ ਦਾ ਵੀ ਗੀਤ ਹੈ, ਜਾਂ ਫਿਰ ਗੀਤ ਕਹਿੰਦੇ ਗੀਤਾ ਨੂੰ, ਭਗਵਾਨ ਕ੍ਰਿਸ਼ਨ ਜੀ ਨੇ ਉਚਾਰੀ ਨਾ ਗੀਤਾ, ਰੱਬ ਦੇ ਗੀਤ। ਅਤੇ ਗੀਤ ਕਹਿੰਦੇ ਜਸ ਨੂੰ, ਜਿਹੜਾ ਗੀਤਾ ਦੇ ਵਿੱਚ ਗੀਤ ਆ ਨਾ, ਵਾਹਿਗੁਰੂ ਦੀ ਵਡਿਆਈ ਆ, ਜਸ ਆ, ਉਸ ਵਾਹਿਗੁਰੂ ਦੇ ਤਾਂ ਹੀ ਨਮਸਕਾਰ ਹੈ। ਜਿਹੜਾ ਹਰ ਧਾਰਮਿਕ ਗ੍ਰੰਥ ਕੀ ਹੋ ਗਿਆ, ਗੀਤ, ਉਹਦੇ ਵਿੱਚ ਜਿਹੜਾ ਗੀਤ ਜਸ ਹੈ, ਵਾਹਿਗੁਰੂ ਦੀ ਵਡਿਆਈ ਹੈ, ਉਹਨੂੰ ਨਮੋ। ਮਹਾਰਾਜ ਜੀ ਕਹਿੰਦੇ ਹਨ ਕਿ ਨਮਸਕਾਰ ਹੈ, ਨਮੋ ਪ੍ਰੀਤ ਪ੍ਰੀਤੇ, ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਮਸਕਾਰ ਹੈ। ਜਿਹੜਾ ਪ੍ਰੀਤ, ਪ੍ਰੀਤ ਕਹਿੰਦੇ ਪ੍ਰੇਮ ਨੂੰ, ਪਿਆਰ ਨੂੰ, ਪ੍ਰੀਤੀ ਵਿੱਚ, ਪ੍ਰੇਮ ਵਿੱਚ, ਪ੍ਰੇਮ ਸਰੂਪ, ਜਾਂ ਜਿਹੜਾ ਪ੍ਰੇਮ ਦਾ ਵੀ ਪ੍ਰੇਮ ਹੈ, ਪ੍ਰੇਮ ਦੇ ਵਿੱਚ ਜਿਹੜਾ ਆਨੰਦ ਹੈ, ਰਸ ਹੈ, ਉਹ ਕਿਹਦਾ ਹੈ? ਉਸ ਵਾਹਿਗੁਰੂ ਪਰਮੇਸ਼ਰ ਦਾ। ਜਾਂ ਫਿਰ ਦੁਨਿਆਵੀ ਪ੍ਰੀਤਾਂ ਨਾਲੋਂ, ਪ੍ਰੇਮ ਨਾਲੋਂ ਸੱਜਣਾ ਰੱਬ ਦੀ ਪ੍ਰੀਤੀ ਸਭ ਤੋਂ ਸ਼੍ਰੋਮਣੀ ਆ। ਪ੍ਰੀਤ ਪ੍ਰੀਤ ਗੁਰੀਆ ਪੰਕਤੀ ਆਉਂਦੀ ਨਾ ਗੁਰਬਾਣੀ 'ਚ, ਮੋਹਨ ਲਾਲਨਾ। ਜਿਹੜਾ ਰੱਬ ਦਾ ਪ੍ਰੇਮ ਹੈ, ਇਹ ਪ੍ਰੀਤੀਆਂ ਵਿੱਚੋਂ ਵੀ ਸ੍ਰੇਸ਼ਟ ਪ੍ਰੀਤੀ ਹੈ। ਕਿਉਂ? ਜਿਹੜਾ ਬਾਕੀ ਪ੍ਰੇਮ ਆ ਨਾ ਦੁਨਿਆਵੀ, ਇਹ ਤਾਂ ਖਲੋਤਾ ਮਤਲਬ 'ਤੇ, ਜਿੰਨਾ ਚਿਰ ਪੈਸੇ ਆਉਂਦੇ ਆ ਤੁਹਾਡੇ ਕੋਲੋਂ ਸੁੱਖ ਮਿਲਦਾ ਵਾ, ਉਨਾ ਚਿਰ ਤੇ ਤੁਹਾਡੀ ਖਿੱਚ ਹੋਵੇਗੀ। ਜਦੋਂ ਤੁਹਾਡੇ ਕੋਲੋਂ ਪੈਸੇ ਜਾਂ ਸੁੱਖ ਨਾ ਮਿਲਿਆ, ਫਿਰ ਕਹਿਣ ਲੱਗ ਪੈਣਗੇ ਵੀ ਇਹ ਵਿਹਲੜ ਆ, ਇਹ ਨਖੱਟੂ ਆ, ਇਹ ਪਾਗਲ ਆ, ਬੇਵਕੂਫ ਆ। ਤਾਂ ਕਾਹਦੀ ਪ੍ਰੀਤੀ ਆ? ਪੈਸੇ ਦੀ ਅਤੇ ਸੁੱਖ ਦੀ। ਜਿਵੇਂ ਕਿਸੇ ਮਹਾਤਮਾ ਨੇ ਬੜਾ ਹੀ ਸੋਹਣੀ ਗੱਲ ਕੀਤੀ ਸੀ ਨਾ, ਵੀ ਜਦੋਂ ਤੂੰ ਤੁਰ ਗਿਆ ਨਾ ਤੈਨੂੰ ਨਹੀਂ ਰੋਣਾ। ਫਿਰ ਬੇਨਤੀ ਕਰਾਂ, ਜਦੋਂ ਤੂੰ ਤੁਰ ਗਿਆ ਤੈਨੂੰ ਨਹੀਂ ਰੋਣਾ, ਜਿਹੜੇ ਤੇਰੇ ਕਰਕੇ ਕੰਮ ਚੱਲਦੇ ਸੀ ਨਾ ਉਹਨਾਂ ਨੂੰ ਰੋਣਾ, ਮਕਾਨ ਨੂੰ ਨਹੀਂ ਕਿਸੇ ਨੇ ਰੋਣਾ, ਜਿਹੜਾ ਮਕਾਨ ਤੋਂ ਸੁੱਖ ਮਿਲਦਾ ਸੀ ਉਹਨੂੰ ਰੋਣਾ। ਇਹੀ ਤਾਂ ਭੁਲੇਖਾ ਵਾ ਨਾ, ਬੰਦੇ ਨੂੰ ਨਹੀਂ ਕਿਸੇ ਨੇ ਰੋਣਾ, ਜਿਹੜਾ ਬੰਦੇ ਤੋਂ ਨਾ ਮਤਲਬ ਮਿਲਦਾ ਸੀ, ਸੁੱਖ ਮਿਲਦਾ ਸੀ, ਪੈਸਾ ਮਿਲਦਾ ਸੀ,
सहायता मिलती सी, सहूलत मिलती सी। हुण किसी बंदे दे कर्म होंदे, उहदे सिर ते पैसा आउंदा वा, घर चलदा वा, उहनूं रोणा वा। इस करके भरावा नमो प्रीत प्रीते, ये दुनियावी प्रीति किते खलोती आ, मतलब ते खलोती हुई। हुण तुसीं मन्नोगे एक गल, एक माई दे तीन लड़के, तिना चो एक उन्हू सामदा वा, माता नू घर औला तो चढ़ाई किया, वो जिहड़ा सामदा वा ना माता नू, उहदी घर वाली चढ़ाई की है। तो माई हो गई बजुर्ग, माता हो गई बजुर्ग। हुण जदों बंदा बजुर्ग हो जाए फिर लत्तां बाहवां जवाब दे देणियां, तो फिर मंजे ते ही होगा सारा कुछ। वह जिहड़ा मुंडा वा तिना चो जी दी घर वाली चढ़ाई की आ, वह आपदी माता नू सांभदा वा, तो उहदी गंदगी भी आप ही धोंदा वा, क्यों मां निक्के हुंदिआं दी धोंदी रही है, अज वह सेवा करता। पर जे औरत हुंदी तो थोड़ा सौखा हुंदा, घर वाली हुंदी तो सौखा हुंदा। वह सज्जन आण के कहिंदा बहुत सेवा करता आपदी मां दी, पर वो होया कि हुण लगातार मंजे ते पैण करके ना शरीर फिर गल गया, ते वो बाबे शीती आण के सज्जन कहिंदा भई अरदास करनी आ, अरदास करवाउणी आ। मैं कहा जी करा लो, कर लो जां फिर की। कहिंदा माता दी ढिल्ली रहिंदी आ, हुण मैनू पता नहीं सी विचली गल दा, मैं तंदुरुस्ती दी अरदास, कहिंदा नहीं अगे जाण दी अरदास। तीन मुंडे होण, ये तां विचारा चंगा बंदा वा, घर वाली भी नहीं, फिर भी विचारा कल्ला सांभदा। अच्छा कमाल दी गल आ, मां नूं सांभण नूं दूजे दो मुंडे तैयार नहीं आ, ना ही उहनां दीआं घर वालीआं घरे वाड़न नूं तैयार आ। ते फिर इहदी जिहड़ी कोठी आ, इहदे ते सारिआं दी निगाह, क्यों इहदा कोई मुंडा नहीं कुड़ी आ, बस वह भी व्याही आ, भी इहदी कोठी सानू मिल जे, मां नूं नहीं असीं सांभणा, इहदे च वी हिस्सा लैणा वा। सतगुरु कहिंदे तू किहड़े भुलेखे च तुरिया फिरदा वा, इह दुनियावी प्रेम सब मतलब ते खलोते हुंदे। इस करके नमो प्रीत प्रीते, असली प्रीति किहड़ी आ, वह आ वाहिगुरु परमेशर दी। तां महाराज जी एक आपां धारना पढ़ लईए, फिर समा हो गया। झूठी देखी प्रीत जगत मह, झूठी देखी प्रीत, 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 झूठी देखी प्रीत जगत मह, झूठी देखी प्रीत। सतगुरु ते बाणी दे विच इथों तक कह दिंदे आ, हम तुम संग झूठे सब बोला। जिहड़े असीं बोल बोलदे ना, तू मेरा वा, मैं तेरा वा, ये साडा वा, आ विआह करवाउण वेले वेख लो किड्डा गप छड़दे आ, वी सत जन्मां दा साथ, ये भी नहीं पता भी ये दो महीने निभणी आ कि नहीं। अपने ये सत जन्म की थ्यूरी पता की हुंदी आ, जदों पुराने विआह हुंदे सी ते उह कहिंदे सी भी ज्योतिष मुताबक सत जन्म कट्ठे, जां फिर कई गल्लां चंगीआं वी सी, उहदा रिश्ता लैणा जी, पहलां जिहदा रिश्ता लैणा उहदीआं सत पीढ़ियां वेखणियां,
ਹੁਣ ਕੋਈ ਪੁੱਛੇ ਵੀ ਸੱਤ ਪੀੜ੍ਹੀਆਂ ਕਿਉਂ ਵੇਖਣੀਆਂ, ਇਹਦੇ ਪਿੱਛੇ ਵੀ ਸਾਇੰਸ ਆ। ਜਿਹੜਾ ਸਾਡਾ ਲਹੂ ਆ ਨਾ, ਜਾਂ ਜਿਹੜੇ ਸਾਡੇ ਜੀਨਸ ਆ, ਸਾਡੇ ਜੀਨਸ 'ਚ ਸੱਤ ਪੀੜ੍ਹੀਆਂ ਦਾ ਸੁਭਾਅ ਰਹਿੰਦਾ ਵਾ। ਸੱਤ ਪੀੜ੍ਹੀਆਂ ਬਾਅਦ ਬਦਲਦਾ, ਇਸੇ ਕਰਕੇ ਸੱਤ ਪੀੜ੍ਹੀਆਂ ਬਾਅਦ ਉਹ ਰਿਸ਼ਤਾ ਬਦਲ ਜਾਂਦਾ ਸੀ ਨਾ, ਰਿਸ਼ਤਾ ਕਰ ਲੈਂਦੇ। ਜਾਂ ਸੱਤ ਪੀੜ੍ਹੀਆਂ ਵੇਖਣੀਆਂ ਇਹਦੀਆਂ, ਵੀ ਸੱਤਾਂ ਪੀੜ੍ਹੀਆਂ 'ਚ ਕੋਈ ਸੂਰਮਾ ਹੋਵੇ, ਕੋਈ ਸਾਧੂ ਹੋਵੇ, ਉਹ ਸੁਭਾਅ ਫਿਰ ਲਹੂ 'ਚ ਹੋਊਗਾ। ਕੀ ਪਤਾ ਉਹ ਹੀ ਜੰਪੇ, ਉਹ ਸੁਭਾਅ ਫਿਰ ਆ ਜਾਵੇ, ਉਹ ਜੀਨਸ ਫਿਰ ਆ ਜਾਵੇ, ਅਤੇ ਫਿਰ ਸੇਵਾ ਕਰੇ, ਪਰਉਪਕਾਰ ਕਰੇ। ਅਤੇ ਮਹਾਰਾਜ, ਚਲੋ ਇਹ ਤਾਂ ਵਿਸ਼ਾ ਥੋੜ੍ਹਾ ਜਿਹਾ ਵੱਖ ਹੋ ਗਿਆ। ਤਾਂ ਪੁਰਾਣੇ ਸਮੇਂ 'ਚ ਕਹਿੰਦੇ ਹੁੰਦੇ ਸੀ ਵੀ ਸੱਤ ਪੀੜ੍ਹੀਆਂ ਵੇਖ ਕੇ ਰਿਸ਼ਤਾ ਲੈਣਾ। ਪਰ ਆਪਣਾ ਵਿਸ਼ਾ ਕੀ ਆ, ਹਮ ਤੁਮ ਸੰਗ ਝੂਠੇ ਸਭ ਬੋਲਾ। ਇਹ ਜਿਹੜਾ ਮੇਰਾ ਮੇਰਾ ਕਰਦੇ ਫਿਰਦੇ ਆ ਨਾ, ਇਹ ਸਭ ਝੂਠ ਹੈ ਕਹਿੰਦੇ। ਕਦੀ ਵੇਖਿਆ ਨਹੀਂ ਤੁਸੀਂ ਜਦੋਂ ਮੜੀਆਂ 'ਚ ਆਪਾਂ ਜਾਂਦੇ ਹਾਂ, ਜਦੋਂ ਲਾਸ਼ ਨੂੰ ਲੱਕੜਾਂ 'ਤੇ ਪਾਉਂਦੇ ਆ, ਉਨਾ ਚਿਰ ਹੀ ਜੱਫੀਆਂ ਜੁੱਫੀਆਂ ਪੈਂਦੀਆਂ ਜਿੰਨਾ ਚਿਰ ਅੱਗ ਨਹੀਂ ਲੱਗੀ। ਜਦੋਂ ਲੱਗ ਗਈ, ਬੁੜਕ ਕੇ ਪਿੱਛੇ ਹੋਣਾ ਪੈਂਦਾ, ਲੱਗਾ ਸੇਕ ਫਿਰ। ਤਾਂ ਜਦੋਂ ਲੱਕੜਾਂ ਉੱਤੇ ਪਾਉਣ ਦੀ ਵਾਰੀ ਆਈ, ਤੇਰੇ ਨਾਲ ਕਿਸੇ ਨੇ ਲੰਬੇ ਨਹੀਂ ਪੈਣਾ, ਇਕੱਲੇ ਨੂੰ ਹੀ ਪੈਣਾ ਪੈਣਾ। ਅੱਜ ਤੱਕ ਦੇਖਿਆ ਐਸੇ ਬਹੁਤ ਘੱਟ ਪ੍ਰਸੰਗ ਹੋਣਗੇ, ਜਿਸ ਪਿਆਰੇ ਸੇ ਨੇਹ ਤੇ ਸਾਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਨ। ਭਾਈ ਗੁਰਮੁਖ ਸਿੰਘ ਉੜੀਸਾ ਥੋੜ੍ਹੀ ਕਿਸੇ ਨੇ ਬਣ ਜਾਣਾ। ਤਾਂ ਕਿੰਨੇ ਤੁਸੀਂ ਜ਼ਿੰਦਗੀ 'ਚ ਸੰਸਕਾਰ ਦੇਖੇ ਆ, ਉਸ ਮੰਜੇ 'ਤੇ ਮੈਨੇ ਮੜੀਆਂ ਵਾਲੇ 'ਤੇ ਲੱਕੜਾਂ 'ਤੇ ਕਿੰਨੇ ਪਖੰਡ ਕਰਦਾ ਹੁੰਦਾ ਸੀ, ਚਾਦਰ ਨਹੀਂ ਸਿੱਧੀ ਵਿਛਾਈ, ਹੁਣ ਤੂੰ ਲੱਕੜਾਂ 'ਤੇ ਪਿਆ ਫਿਰਦਾ, ਸਰਾਣਾ ਨਹੀਂ ਮੈਨੂੰ ਚੰਗਾ ਦਿੱਤਾ। ਅਤੇ ਖੁੰਗੀਆਂ ਵਾਲੀਆਂ ਲੱਕੜਾਂ ਹੁੰਦੀਆਂ ਨੇ, ਜਿਨ੍ਹਾਂ 'ਤੇ ਪਾ ਕੇ ਫਿਰ ਫੂਕਣਾ ਵਾ, ਉਹ ਜਿਹੜੀਆਂ ਲੱਕੜਾਂ ਦਾ ਬੈੱਡ ਆ ਨਾ, ਬਿਸਤਰਾ ਜਿਹਨੂੰ ਚਿਖਾ ਕਹਿੰਦੇ ਆਪਾਂ, ਉਹਦੇ 'ਤੇ ਅੱਜ ਤੱਕ ਕੋਈ ਪਿਆ ਕਿਸੇ ਨਾਲ, ਅਤੇ ਫਿਰ ਕਹਿੰਦੇ ਸੀ ਮੇਰਾ ਵਾ, ਹੁਣ ਕਿੱਧਰ ਗਿਆ ਮੇਰਾ। ਜਦੋਂ ਅੱਗ ਲੱਗੀ ਉਸੇ ਵੇਲੇ ਪਿੱਛੇ ਹੋਣਾ ਪੈਂਦਾ, ਕਿਉਂ ਅੱਗ ਦਾ ਸੇਕ ਜਿਉਂਦੇ ਦੀ ਨਿਸ਼ਾਨੀ ਆ ਨਾ, ਜੇ ਲੱਗੇ ਤਾਂ ਜਿਉਂਦਾ, ਨਾ ਲੱਗੇ ਤਾਂ ਮਰਿਆ ਹੈ। ਇਸੇ ਤਰ੍ਹਾਂ ਗੁਰਬਾਣੀ ਕਹਿੰਦੀ, ਜੇ ਤੇ ਰੱਬ ਦਾ ਤੀਰ ਵੱਜਦਾ ਤਾਂ ਤੂੰ ਜਿਉਂਦਾ, ਨਹੀਂ ਤਾਂ ਮਰਿਆ ਹੀ ਆ ਤੂੰ। ਇਹੋ ਤਨ ਜਾਣ ਮਸਾਣ, ਇਹ ਸਰੀਰ ਫਿਰ ਮਰਿਆ ਹੀ ਆ ਤੇਰਾ, ਕਿਉਂ ਇਹਦੇ ਵਿੱਚ ਬਿਰਹਾ ਨਹੀਂ ਪੈਦਾ ਹੋਇਆ, ਰੱਬ ਦਾ ਸੇਕ ਨਹੀਂ ਲੱਗਾ, ਰੱਬ ਦੀ ਤੜਫ ਨਹੀਂ ਲੱਗੀ। ਬਿਰਹਾ ਬਿਰਹਾ ਕੀ ਹੈ, ਬਿਰਹਾ ਤੂੰ ਸੁਲਤਾਨ। ਤਾਂ ਮਹਾਰਾਜ ਕੀ ਕਹਿੰਦੇ ਨੇ, ਵੀ ਇਹ ਪ੍ਰੀਤੀ ਝੂਠੀ ਹੈ, ਇਸ ਕਰਕੇ ਵਾਹਿਗੁਰੂ ਦਾ ਪ੍ਰੇਮ ਜਿਹੜਾ ਹੈ ਉਹ ਸੱਚਾ ਹੈ, ਨਮਸਕਾਰ ਹੈ। ਜਿਹੜਾ ਪ੍ਰੀਤੀ ਦਾ ਵੀ ਪ੍ਰੀਤ ਪ੍ਰੇਮ ਹੈ, ਨਮੋ ਰੋਖ ਰੋਖੇ, ਨਮਸਕਾਰ ਹੈ। ਰੋਖ ਰੋਖੇ, ਵੈਸੇ ਰੋਖ ਦਾ ਅਰਥ ਹੁੰਦਾ ਕ੍ਰੋਧ, ਗੁੱਸਾ। ਹੁਣ ਕ੍ਰੋਧ ਦਾ ਵੀ ਰੋਖੇ, ਕ੍ਰੋਧ ਨੂੰ ਵੀ ਮਾਰਨ ਵਾਲਾ ਕੌਣ ਹੈ, ਕ੍ਰੋਧ ਨੂੰ ਵੀ ਖਤਮ ਕਰਨ ਵਾਲਾ ਕੌਣ ਹੈ, ਉਹ ਕੀ ਆ, ਵਾਹਿਗੁਰੂ ਪਰਮੇਸ਼ਰ, ਉਹਨੂੰ ਨਮਸਕਾਰ ਹੈ। ਜਾਂ ਰੋਖ ਦਾ ਅਰਥ ਹੁੰਦਾ ਰੁੱਖ, ਰੁੱਖਾਂ ਵਿੱਚੋਂ ਰੁੱਖ ਕਿਹੜਾ ਸ਼੍ਰੋਮਣੀ ਆ, ਪਾਰ ਜਾਤ, ਕਲਪ ਬ੍ਰਿਕਸ਼ ਜਿਹਨੂੰ ਕਹਿੰਦੇ, ਜਿਹਨੂੰ ਗੁਰਬਾਣੀ ਨੇ ਆਖਿਆ ਇਹ ਨਾਮ ਆ, ਪਾਰ ਜਾਤ ਇਹੋ ਹਰ ਕੋ ਨਾਮ। ਐਸੇ ਵਾਹਿਗੁਰੂ ਜੀ ਦੇ ਤਾਈ ਮਹਾਰਾਜ ਜੀ ਕਹਿੰਦੇ ਨਮਸਕਾਰ ਹੈ, ਨਮੋ ਸੋਖ ਸੋਖੇ, ਨਮਸਕਾਰ ਹੈ। ਸੋਖ ਸੁਕਾਉਣ ਵਾਲੀ ਜਿਹੜੀ ਪਵਨ, ਉਹਨੂੰ ਵੀ ਸੋਖੇ ਜਿਹੜਾ ਸੁਕਾ ਦਿੰਦਾ, ਖਤਮ ਕਰ ਦਿੰਦਾ। ਇਹ ਪੰਜ ਤੱਤ ਵੀ ਜਿਹਦੇ ਅੱਗੇ ਖਤਮ ਹੋ ਜਾਂਦੇ ਹੈ, ਐਸੇ ਵਾਹਿਗੁਰੂ ਤਾਈ ਨਮਸਕਾਰ ਹੈ। ਜਾਂ ਫਿਰ ਹੋਰ ਵੀ ਬੜੇ ਅਰਥ ਮਹਾਂਪੁਰਸ਼ਾਂ ਨੇ, ਵਿਦਵਾਨਾਂ ਨੇ, ਸੱਤ ਪੁਰਸ਼ਾਂ ਨੇ ਕੀਤੇ ਨੇ, ਪਰ ਸਮੇਂ ਦੀ ਸੰਪੂਰਨਤਾ ਕਰਕੇ ਹੁਣ ਕਥਾ ਦੀ ਸਮਾਪਤੀ ਇੱਥੇ ਹੀ ਹੋ ਰਹੀ ਹੈ। ਸਤਿਗੁਰੂ ਕਿਰਪਾ ਕਰਨ, ਸੰਗਤਾਂ ਕਿਰਪਾ ਕਰਨ, ਮਹਾਂਪੁਰਸ਼ ਕਿਰਪਾ ਕਰਨ,
हौली हौली ये विचार करते चलांगे अगे जिवें सच्चे पातशाह की मर्जी होवेगी। आओ हुण भुल चुक की माफ़ी मंगीए खिवा मंगीए जिहड़े अर्थ रह गए ने अगली कथा च करन दे लाउण दे जतन कीते जाणगे जी। लेखै कते ना छूटी है खिन खिन भूलण हार बख्शन हार बख्श लै नानक पार उतार। नमो गीत गीते नमो प्रीत प्रीते नमो रोख रोखे नमो सुख सुखे। वाहेगुरु जी का खालसा वाहेगुरु जी की फतेह।